ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਵਿੱਚ ਹੋ ਰਹੀਆਂ ਗਤੀਵਿਧੀਆਂ ਤੇ ਚਲੰਤ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾ ਅਹਿਮ ਮੁੱਦਾ ਸਿਆਸੀ ਮੁੱਦਾ ਗਿੱਦੜ ਬਾ ਖੁਦ ਮੁੱਖ ਮੰਤਰੀ ਭਗਵੰਤ ਮਾਨ ਜਾਂਦੇ ਨੇ ਤੇ ਇੱਕ ਹੋਰ ਬਗਾਨਾ ਖਿਡਾਰੀ ਆਪਣੇ ਚ ਸ਼ਾਮਲ ਕਰ ਲਿਆ ਤੇ ਕੀ ਹੁਣ ਗਿੱਦੜ ਬਾ ਦੇ ਤੋਂ ਮੰਨ ਲਿਆ ਜਾਵੇ ਕਿ ਆਮ ਆਦਮੀ ਪਾਰਟੀ ਤੋਂ ਇੱਕ ਉਮੀਦਵਾਰ ਮਿਲ ਗਿਆ ਆਮ ਆਦਮੀ ਪਾਰਟੀ ਨੂੰ ਡਿੰਪੀ ਢਿੱਲੋ ਡਿੰਪੀ ਢਿੱਲੋ ਨੇ ਸਮੋਕੇ ਕੀ ਦਾਵਾ ਕੀਤਾ ਤੇ ਮੁੱਖ ਮੰਤਰੀ ਨੇ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਦੇ ਹਲਕੇ 'ਚ ਉਹਨਾਂ ਦੇ ਗੜ੍ਹ 'ਚ ਜਾ ਕੇ ਚੈਲੰਜ ਕੀ ਕੀਤਾ। ਇਸ ਤੇ ਗੱਲ ਕਰਨੀ ਹੈ ਔਰ ਕੰਗਣਾ ਰਣੌਤ ਦੀ ਆਪਣੀ ਸਟੇਟ ਦੇ ਅੰਦਰ ਆਪਣੇ ਸੂਬੇ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿੱਚ ਹੀ ਕੰਗਣਾ ਰਣੌਤ ਦੇ ਖਿਲਾਫ ਕਾਰਵਾਈ ਕਰਨ ਦੀਆਂ ਗੱਲਾਂ ਹੋ ਗਈਆਂ। ਇਹ ਆ ਗਿਆ ਕਿ ਵਿਵਾਦਿਤ ਬਿਆਨ ਕਿਉਂ ਦਿੱਤੇ ਜਾ ਰਹੇ ਨੇ ਇਸ ਦੇ ਉੱਤੇ। ਕੰਗਣਾ ਰਣੌਤ ਦੀ ਮੁਸੀਬਤ ਕਿਵੇਂ ਵੱਧ ਸਕਦੀ ਹੈ? ਇਸ ਤੇ ਗੱਲ ਕਰਨੀ ਹੈ। ਇੱਕ ਪਾਸੇ ਭਾਜਪਾ ਨੇ ਪਹਿਲਾਂ ਹੀ ਇੱਕ ਤਰ੍ਹਾਂ ਦੀ ਝੰਜੋੜ ਕੇ ਰੱਖ ਦਿੱਤਾ ਕੰਗਣਾ ਰਣੌਤ ਨੂੰ ਚਾਹੇ ਫਾਰਮੈਲਿਟੀ ਸੀ ਜਾਂ ਫਿਰ ਹਕੀਕਤ ਦੇ ਵਿੱਚ ਹੀ ਉਸ ਦੀ ਜਿਹੜੀ ਲਾਹ ਪਾਕ ਕੀਤੀ ਗਈ ਹੈ ਕਿ ਨਹੀਂ ਕੀਤੀ ਗਈ ਇਸ ਤੇ ਗੱਲ ਕਰਾਂਗੇ ਪਰ ਤੀਜਾ ਵੀ ਇੱਕ ਮਸਲਾ ਬੜਾ ਹੈ ਮੈਂ ਪੰਜਾਬ ਦੇ ਨਾਲ ਜੁੜਿਆ ਹੋਇਆ ਜਿਸ ਦੇ ਉੱਤੇ ਮੁੱਖ ਮੰਤਰੀ ਦੀ ਸਟੇਟਮੈਂਟ ਆਉਂਦੀ ਹੈ ਇਹ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਸਭ ਤੋਂ ਪਹਿਲਾਂ ਤੇ ਅਹਿਮ ਸਿਆਸੀ ਗਤੀਵਿਧੀ ਕਿਉਂਕਿ ਪਹਿਲਾਂ ਤੇ ਜਲੰਧਰ ਇੱਕੋ ਸੀਟ ਦੇ ਉੱਤੇ ਬਹੁਤ ਲੰਮਾ ਸਿਆਸਤ ਹੋਈ ਸਾਰਿਆਂ ਨੇ ਆਪੋ ਆਪਣੀ ਡੱਫਲੀ ਵਜਾਈ ਕੋਈ ਕਾਮਯਾਬ ਹੋਇਆ ਕੋਈ ਫੇਲ ਹੋ ਗਿਆ ਪਰ ਅਗਲੇ ਰਿਆ ਜਮਣੀ ਚੋਣਾਂ ਦਾ ਹਾਲੇ ਐਲਾਨ ਨਹੀਂ ਹੋਇਆ ਪਰ ਗਿੱਦੜਬਾਹ ਸਭ ਤੋਂ ਵੱਧ ਸੁਰਖੀਆਂ 'ਚ ਹੈ ਉਹ ਵੀ ਡਿੰਪੀ ਢਿੱਲੋ ਦੇ ਪਾਰਟੀ ਇੱਕ ਛੱਡ ਕੇ ਦੂਜੀ 'ਚ ਜਾਣ ਲਈ ਅੱਜ ਇਸ ਤਰ੍ਹਾਂ ਦੀ ਉੱਥੋਂ ਗਿੱਦੜਬਾਹ ਤੋਂ ਤਸਵੀਰਾਂ ਆਈਆਂ ਬਿਆਨ ਆਏ ਉਹਦੇ ਮਾਇਨੇ ਕੀ ਹੈ ਤੇ ਉਹਦਾ ਅਸਰ ਕੀ ਆਉਣ ਵਾਲੇ ਸਮੇਂ 'ਚ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਇਲਾਜ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਸੁਪਨਾ ਲੈ ਕੇ ਚੱਲ ਕਟ ਉਹਨਾਂ ਦੇ 227 ਤੱਕ 100 ਐਮਐਲਏ ਹੋ ਜਾਣ ਕਿਉਂਕਿ ਉਹ ਜੇ ਸੁਪਨਾ ਪੂਰਾ ਹੋ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਇਤਿਹਾਸ ਆਪਣੇ ਆਪ ਦੇ ਵਿੱਚ ਹੀ ਲਿਖਿਆ ਜਾਊਗਾ ਕਿ 2022 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਇੱਕ ਸਰਕਾਰ ਬਣੀ ਸੀ ਆਮ ਆਦੀ ਪਾਰਟੀ ਦੀ ਜਿਹਦੇ ਕੋ ਪਹਿਲਾਂ 2200 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ 92 ਐਮਐਲਏ ਸੀ ਉਸ ਤੋਂ ਬਾਅਦ ਬਾਈਲੈਕਸ਼ਨ ਹੋਈਆਂ ਤੇ ਉਹ ਕੁਲ ਮਲਾ ਕੇ 100 ਐਮਐਲਏ ਬਣ ਗਏ ਇਹ ਇਤਿਹਾਸ ਸਿਰਜਣਾ ਚਾਹੁੰਦੇ ਨੇ ਮੁੱਖ ਮੰਤਰੀ ਭਗਵੰਤ ਪਬਲ ਇਤਿਹਾਸ ਇਦਾਂ ਹੀ ਬਣਦੇ ਨੇ ਇਤਿਹਾਸ ਇਦਾਂ ਹੀ ਸਿਰਜੇ ਜਾਂਦੇ ਨੇ ਹੁਣ ਰਹੀ ਗੱਲ ਕਿ ਇਹ ਜਿਹੜੀ ਗਿੱਦੜਬਾਹ ਦੀ ਗੱਲ ਕਰ ਲਓ ਜਾਂ ਬਰਨਾਲਾ ਦੀ ਜਾਂ ਫਿਰ ਚੱਬੇਵਾਲ ਦੀ ਜਾਂ ਫਿਰ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣਾ ਇੱਥੇ ਹੋਣੀ ਆ ਔਰ ਸਰਕਾਰ ਦੇ ਨਾਲ ਜਿਮੀ ਚੋਣਾ ਰਹੀਏ ਨੇ ਜਿੱਤਣ ਦੇ ਜਿਹੜੇ ਜ਼ਿਆਦਾ ਚਾਂਸ ਨੇ ਉਹ ਆਮ ਆਦੀ ਪਾਰਟੀ ਦੇ ਨੇ ਰਹੀ ਗੱਲ ਹੈ ਕਿ ਹੋਰ ਵੀ ਜਿਹੜੀਆਂ ਕਮਜ਼ੋਰ ਕੜੀਆਂ ਨੇ ਲੱਭੀਆਂ ਜਾਣੀਆਂ ਕਾਂਗਰਸ ਵੱਲੋਂ ਲੱਭੀ ਜਾਏਗੀ ਕਿਉਂਕਿ ਤੁਸੀਂ ਦੇਖੋ ਕਿ ਡਾਕਟਰ ਸੁਖਵਿੰਦਰ ਸੁਖੀ ਦੀ ਆਈਗੇ ਨੇ ਔਰ 4-5 ਐਮਐਲਏ ਕਾਂਗਰਸ ਤੋਂ ਆਉਣ ਦੀ ਉਮੀਦ ਹੈ ਕਿ ਤੁਸੀਂ ਚਾਹੇ ਅਸਤੀਫਾ ਨਾ ਦਿਓ ਲੇਕਿਨ ਸਾਨੂੰ ਸਪੋਰਟ ਕਰ ਦਿਓ ਕਿਉਂਕਿ ਜੇ ਅਸਤੀਫਾ ਦਿਓਗੇ ਉਹ ਫਿਰ ਵਿਧਾਨ ਸਭਾ ਦੇ ਸਪੀਕਰ ਨੂੰ ਪ੍ਰਵਾਨ ਕਰਨੇ ਪੈਣਗੇ ਔਰ ਇਦਾਂ ਦਾ ਕੋਈ ਰੂਲ ਨਹੀਂ ਹੈਗਾ ਕਿ ਵਿਧਾਨ ਸਭਾ ਦਾ ਸਪੀਕਰ ਚਾਏ 5 ਸਾਲ ਹੀ ਉਹ ਸੈਪਟ ਨਾ ਕਰੇ ਪਰ ਇਹਨਾ ਹੋਊਗਾ ਕਿ ਆਮ ਆਦੀ ਪਾਰਟੀ ਕੋ 100 ਐਮਐਲਏ ਨੇ ਇੱਕ ਤਾਂ ਇਹ ਰਿਕਾਰਡ ਬਣਾਉਣਾ ਚਾਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੂਜੀ ਗੱਲ ਕਰਦੇ ਡਿੰਪੀ ਟਿਲੋ ਦੀ ਹਰਦੀਪ ਡਿੰਪੀ ਨੂੰ ਇਦਾਂ ਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਅਕਾਲੀ ਵਰਕਰ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਅਕਾਲੀ ਦਲਵਾਸ ਸੇ ਬਹੁਤ ਕੰਮ ਕੀਤਾਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਣਾ ਪਰ ਚਰਚਾ ਦੇ ਵਿੱਚ ਉਦੋਂ ਆਏ ਡਿੰਪੀ ਟਲੋ ਹੋਣੀ ਜਦੋਂ ਸੁਭੀਤ ਸਿੰਘ ਬਾਦਲ ਦੇ ਨਾਲ ਨੇੜਤਾ ਬਣੀ ਜਦੋਂ ਉਹਨਾਂ ਦਾ ਟਰਾਂਸਪੋਰਟ ਦਾ ਕਾਰੋਬਾਰ ਵਧਿਆਗਾ ਕਾਲੀ ਦਲ ਦੇ ਲੀਡਰ ਦੱਸਦੇ ਨੇ ਕਿ ਜਿਹੜੇ ਕਾਲੀਦਲ ਦੇ ਨਾਲ ਜਿਹੜੇ ਲੋਕ ਜੁੜੇ ਸੀ ਜਿਨ੍ਹਾਂ ਦੀ ਟ੍ਰਾਂਸਪੋਰਟ ਚੱਲਦੀ ਰਹੀਆਂ ਨੇ ਬਹੁਤ ਸਾਰੇ ਹੋਰ ਵੀ ਲੋਕ ਨੇ ਕਾਲੀਦਲ ਤੇ ਉਹਨਾਂ ਦੀਆਂ ਜੇਬਾਂ ਦੇ ਵਿੱਚ ਡੀਟੀਓ ਦੀਆਂ ਤੇ ਆਰਟੀਓ ਦੀਆਂ ਮੋਹਰਾਂ ਹੁੰਦੀਆਂ ਸੀ ਉਹ ਆਪੇ ਟਾਈਮ ਟੇਬਲ ਬਣਾ ਕੇ ਆਪੇ ਵਾਧਾ ਕਰਕੇ ਆਪੇ ਮੋਹਰ ਲਾ ਕੇ ਤੇ ਆਪਣਾ ਕਾਰੋਬਾਰ ਵਧਾਉਂਦੇ ਰਹੇ ਨੇ ਇਹ ਜਿਹਦੀ ਜਿਹਦੀ ਵੀ ਸਰਕਾਰ ਉਹ ਇਹ ਕੰਮ ਚੱਲਦਾ ਰਿਹਾ ਹੁਣ ਚਰਚਾ ਇਹ ਆ ਕਿ ਜੋ ਸਿਆਸੀ ਹਲਕਿਆਂ ਦੇ ਵਿੱਚ ਗੱਲਬਾਤ ਹੋ ਰਹੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਹਲਕਿਆਂ ਵਿੱਚ ਗੱਲਬਾਤ ਹੋ ਰਹੀ ਹੈ ਜੋ ਆਮ ਆਦੀ ਪਾਰਟੀ ਦੇ ਹਲਕਿਆਂ ਵਿੱਚ ਗੱਲ ਰਹੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਇਹ ਗੱਲ ਹੋ ਰਹੀ ਸੀ ਕਿ ਡਿੰਪੀ ਢੁਲੋਂ ਹੋਣੀ ਆਮ ਆਦੀ ਪਾਰਟੀ 'ਚ ਜਾ ਸਕਦੇ ਨੇ ਪੰਜਾਬ ਦਾ ਇੱਕ ਬਹੁਤ ਹੀ ਉੱਚਾ ਗਾਇਕ ਚੰਗਾ ਗਾਇਕ ਨਾਮਨਾ ਗਾਇਕ ਜਿਹਦਾ ਬਹੁਤ ਨਾਮ ਹੈ ਕਹਿੰਦੇ ਕਿ ਉਹਦੀ ਵਿਚੋਲਗੀ ਕੰਮ ਆਈ ਜਾਂ ਗੱਲ ਇਸ ਗੱਲ ਤੇ ਰੌਲਾ ਪੈਂਦਾ ਰਿਹਾ ਸੀ ਕਿ ਇਲੈਕਸ਼ਨ ਵੀ ਲੜਾਂਗਾ ਐ ਐਮਐਲਏ ਬਣ ਗਿਆ ਤੇ ਮਨਿਸਟਰ ਵੀ ਬਣਾਉ ਇਸ ਗੱਲ ਤੇ ਰੌਲਾ ਪੈਂਦਾ ਰਿਹਾਗਾ ਤੇ ਸ਼ਾਇਦ ਕਹਿੰਦੇ ਕਿ ਇਸੇ ਕਰਕੇ ਸੁਬੀਰ ਸਿੰਘ ਬਾਦਲ ਸਾਹਿਬ ਨੇ ਉਹਨਾਂ ਨੂੰ ਟਿਕਟ ਹਲੇ ਅਨਾਉਂਸਮੈਂਟ ਉਹਦੀ ਨਹੀਂ ਕੀਤੀ ਸੀ ਕਿਉਂਕਿ ਕਾਲੀ ਦਲ ਨੂੰ ਵੀ ਸੂ ਮਿਲ ਗਈ ਸੀ ਕਿ ਇਹ ਕਿਤਨਾ ਕਿਤੇ ਜਾ ਸਕਦੇ ਨੇ ਤੇ ਕੱਲ ਨੂੰ ਕਾਲੀ ਦਲ ਦੀ ਬਦਨਾਮੀ ਜ਼ਿਆਦਾ ਹੋਣੀ ਸੀ ਖਾਸ ਕਰਕੇ ਸੁਬੀਰ ਸਿੰਘ ਬਾਦਲ ਦੀ ਕਿ ਦੇਖੋ ਬੰਦਾ ਕਾਲੀ ਦਲ ਦੀ ਟਿਕਟ ਦਿੱਤੀ ਤੋ ਟਿਕਟ ਛੱਡ ਕੇ ਹੀ ਕਾਲੀਦਲ ਨਾਲੋਂ ਭੱਜ ਗਿਆ ਹੁਣ ਜਿਹੜੀ ਇਸ ਕਰਕੇ ਉਹ ਜਿਹੜਾ ਪੰਜਾਬ ਦਾ ਨਾਮੀ ਸਿੰਗਰ ਉਹ ਜਿਹੜੇ ਉਹਨਾਂ ਨੇ ਦੋਸਤੀ ਜਿਹੜੀ ਗੱਲਬਾਤ ਹੋਈ ਆ ਇਹ ਕਾਲੀਦਲ ਦੇ ਸਫਾਂ ਦੇ ਵਿੱਚ ਵੀ ਔਰ ਆਮ ਆਦੀ ਪਾਰਟੀ ਦੇ ਸਫਾਂ ਦੇ ਵਿੱਚ ਵੀ ਜੋਰਾਂ ਤੇ ਉਹ ਪਤਾ ਨਹੀਂ ਸਿੰਗਰ ਕੌਣ ਐ ਕਿਹੜਾ ਨਾਮ ਆ ਕਿਉਂਕਿ ਪਿੱਛੇ ਜੇ ਪੰਜਾਬ ਦੇ ਵਿੱਚ ਪਹਿਲਾਂ ਵੀ ਸ਼ਾਇਦ ਹੋਵੇ ਰਵਾਜ ਹੁਣ ਸਿੰਗਰ ਐਸਐਸਪੀ ਵੀ ਲਾਉਣ ਲੱਗ ਪਏ ਨੇ ਸਿੰਗਰ ਮਾਫੀਆਂ ਵੀ ਮੰਗਵਾਉਣ ਲੱਗ ਪਏ ਨੇ ਸਿੰਗਰ ਟਿਕਟਾਂ ਵੀ ਦਵਾਉਣ ਲੱਗ ਪਏ ਨੇ ਉਹ ਇੱਕ ਨਵਾਂ ਦੌਰ ਪੰਜਾਬ ਦੇ ਵਿੱਚ ਸਮੇਂ ਦੇ ਨਾਲ ਨਵੇਂ ਦੌਰ ਸ਼ੁਰੂ ਹੁੰਦੇ ਨੇ ਹੁਣ ਜਿਹੜੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਨਾ ਕਿ ਡਿੰਪੀ ਨੂੰ ਇੱਕ ਵੱਡਾ ਅਹੁਦਾ ਦਿੱਤਾ ਜਾਊਗਾ ਵੱਡੀ ਜ਼ਿੰਮੇਵਾਰੀ ਦਿੱਤੀ ਜਾਊਗੀ ਹੋ ਸਕਦਾ ਹੈ ਕਿ ਗੱਲ ਕੈਬਨਟ ਮੰਤਰੀ ਤੇ ਆ ਕੇ ਟਿੱਕੀ ਹੋਵੇ ਜਾਂ ਹੋ ਸਕਦਾ ਹੈ ਕਿ ਕੋਈ ਚੰਗੀ ਚੇਅਰਮੈਨੀ ਤੇ ਆ ਕੇ ਟਿੱਕੀ ਹੋਏਗੀ ਨਾ ਇਸੇ ਕਰਕੇ ਸੁਬੀ ਸਿੰਘ ਬਾਦਲ ਨੂੰ ਖੋਪ ਸੀ ਡਰ ਸੀ ਕਿ ਜੇ ਮੈਂ ਐਡਵਾਂਸ ਦੇ ਵਿੱਚ ਟਿਕਟ ਡਿਕਲੇਅਰ ਕਰ ਦਿੱਤੀ ਤੇ ਕਿਤੇ ਇਹ ਨਾ ਕਿ ਟਿਕਟ ਸਮੇਤ ਹੀ ਬੰਦਾ ਭੱਜ ਜੇ ਤੇ ਫਿਰ ਬਦਨਾਮੀ ਬੜੀ ਹੋਣੀ ਕਿ ਸਖਬੀ ਸਿੰਘ ਬਾਦਲ ਨੂੰ ਛੱਡ ਗਏ ਇਹ ਦੋਨੇ ਪਾਸੇ ਬਹਾਨੇ ਜੇ ਲੱਭੇ ਜਾ ਰਹੇ ਨੇ ਐਨਮੋ ਕੇ ਇਸੇ ਕਰਕੇ ਮਨਪੀਰ ਸਿੰਘ ਬਾਦਲ ਦੀ ਸਟੇਟਮੈਂਟ ਆਈ ਨਾ ਕਿ ਮੈਂ ਹੁਣ ਬੀਜੇਪੀ ਚ ਹੀ ਰਵਾਂਗਾ ਪਰ ਜੋ ਡਿਪਿਟਲੋ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦੀ ਐਕਟੀਵਿਟੀ ਬਹੁਤ ਜ਼ਿਆਦਾ ਵੱਧ ਗਈ ਹੋ ਸਕਦਾ ਹੈ ਕਿ ਮਨਪੀਰ ਸਿੰਘ ਬਾਦਲ 2027 ਦੀ ਤਿਆਰੀ ਕਰ ਰਹੇ ਹੋਵੇ ਸ਼ਾਇਦ ਉਹ ਬਾਈ ਇਲੈਕਸ਼ਨ ਨਾਲ ਲੜੇ ਮਤਲਬ ਕਿਉਂਕਿ ਹੁਣ 227 ਕਿਹੜੀ ਕਿਤੇ 27ਵੇਂ 27ਵੇਂ ਹੀ ਰਹਿ ਗਏ ਲਗਭਗ ਤੇ ਅਗਲਾ ਕਹਿੰਦਾ ਹੁਣ ਤੋਂ ਤਿਆਰੀ ਸ਼ੁਰੂ ਕਰੋ ਨਾ ਜੇ ਇਲੈਕਸ਼ਨ ਲੜਨੀ ਤੇ ਜਿੰਨਾ ਲੋਕਾਂ ਨੇ 227 ਦੀ ਤਿਆਰੀ ਹੁਣ ਤੋਂ ਹੀ ਵਢ ਦਿੱਤੀ ਆ ਇਸ ਕਰਕੇ ਸ਼ਾਇਦ ਡਿੰਪਿਟ ਲੋ ਹੁਣਾਂ ਲੱਗਾ ਹੋਵੇ ਪਰ ਸੁਬੀਸ਼ ਸਿੰਘ ਬਾਦਲ ਦੇ ਨਾਲ ਬਹੁਤ ਸਾਰੇ ਵਪਾਰੀ ਲੋਕ ਜੁੜੇ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਫਾਇਦੇ ਲਏ ਨੇ ਕਈਆਂ ਦੇ ਬੱਸਾਂ ਦੇ ਟਰਾਂਸਪੋਰਟ ਕਾਰੋਬਾਰ ਵਧ ਗਏ ਕਈਆਂ ਨੂੰ ਤਾਂ ਸੰਦੀਪ ਸਬਵੇ 35 35 ਸਬਵੇ ਦੇ ਠੇਕੇ ਦਵਾਏ ਨੇ ਸੁਭੀਤ ਸਿੰਘ ਬਾਦਲ ਨੇ ਜਿਹਦੇ ਚ ਕਈ ਕਾਲੀ ਦਲ ਦੇ ਵੱਡੇ ਲੀਡਰਾਂ ਦੀ ਵੀ ਹਿੱਸਾ ਪੱਤੀ ਹੈਗੀ ਨੇ ਕਿਉਂਕਿ ਇੱਕ ਸਟੇਟ ਦੇ ਵਿੱਚ ਲਗਾਤਾਰ ਕਾਲੀ ਦਲ ਦੀ ਸਰਕਾਰ ਰਹੀ ਆ ਸੁਭੀਤ ਸਿੰਘ ਬਾਦਲ ਨੂੰ ਡਿਪਟੀ ਸੀਐਮ ਸੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੀਐਮ ਸੀ ਇਸੇ ਕਰਕੇ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਕੁਝ ਪਤਾ ਹੁੰਦਾ ਸੀ ਕਿਹੜਾ ਲੀਡਰ ਅਗੇ ਮੇਰੇ ਨਾਲ ਵਧੂਗਾ ਕਿਹੜਾ ਨਹੀਂ ਵਧੂਗਾ ਸੁਬੀਰ ਸਿੰਘ ਬਾਦਲ ਇਸ ਪੱਖੋਂ ਦਿਲ ਦਾ ਸਾਫ਼ ਸੀ ਉਹਨਾਂ ਹਰ ਇੱਕ ਤੇ ਭਰੋਸਾ ਰੱਖਿਆ ਜਿੰਨਾਂ ਜਿੰਨਾਂ ਨੇ ਭਰੋਸਾ ਰੱਖਿਆ ਹੈਗਾ ਉਹਨਾਂ ਉਹਨਾਂ ਹੀ ਭਰੋਸਾ ਤੋੜਿਆ ਹੈਗਾ ਹੁਣ ਜੇ ਸਵਾਲ ਇਹ ਹੈ ਕਿ ਹੁਣ ਕਿਉਂ ਅਜੇ ਟੀਚਰਾਂ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ 25 ਸਾਲ ਰਾਜ ਕਰਨਾ ਉਹਦੇ ਕੋ ਹੁਣ 25 ਬੰਦੇ ਵੀ ਨਹੀਂ ਹੈਗੇ ਕਿਉਂਕਿ ਪਿੱਛੇ ਜਿਹੜੀ ਸਟੇਜ ਆਪਾਂ ਸਾਰਿਆਂ ਨੇ ਦੇਖੀ ਪੰਜਾਬ ਦੀ ਜਨਤਾ ਨੇ ਸੰਤ ਹਰਤੰ ਸਿੰਘ ਲੋਂਗੋਵਾਲ ਸਾਹਿਬ ਦੀ 38ਵੀਂ ਵਰ੍ਹੇ ਦੀ ਮੌਕੇ ਪੰਜ ਬੰਦੇ ਸਟੇਜ ਤੇ ਬੈਠੇ ਪੰਜਾਂ ਚੋਂ ਤਿੰਨ ਹੀ ਜਿਨ੍ਹਾਂ ਨੂੰ ਪੰਜਾਬ ਲੈਵਲ ਦੇ ਲੀਡਰ ਲੋਕੀ ਜਾਣਦੇ ਹੋਣੇ ਬਾਕੀਆਂ ਨੂੰ ਨਹੀਂ ਜਾਣਦੇ ਹੋਗੇ ਕਿਉਂਕਿ ਕਾਲੀ ਦਲ ਦੇ ਹਾਲਾਤ ਬਹੁਤ ਮਾੜੇ ਨੇ ਸਿਆਸੀ ਜਿਹੜੀ ਕਾਲੀ ਦਲ ਜਿਹੜੀ ਸਥਿਤੀ ਹੈ ਇਸ ਤੋਂ ਪਹਿਲਾਂ ਕਦੀ ਵੀ ਪਤਲੀ ਨਹੀਂ ਸੀ ਜਿੰਨੀ ਹੁਣ ਪਤਲੀ ਸਥਿਤੀ ਬਣ ਚੁੱਕਿਆ ਤੇ ਜੇ ਇਸ ਸਥਿਤੀ ਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੇ ਕਾਰੋਬਾਰੀ ਲੋਕ ਹੁੰਦੇ ਨੇ ਔਰ ਖਾਸ ਕਰਕੇ ਜਿਹੜੇ ਸਿਆਸੀ ਸੌਦੇਬਾਜ਼ੀਆਂ ਕਰਨ ਦੇ ਮਾਹਿਰ ਹੁੰਦੇ ਨੇ ਉਹ ਤੁਹਾਨੂੰ ਅੱਜ ਵੀ ਧੋਖਾ ਦੇਣਗੇ ਕੱਲ ਵੀ ਧੋਖਾ ਦੇਣੇ ਕਦੀ ਵੀ ਜਿਹੜਾ ਟਕਸਾਲੀ ਆਗੂ ਹੋਊਗਾ ਨਾ ਟਕਸਾਲੀ ਲੀਡਰ ਹੋਊਗਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਵੇ ਜਿਹਦੀਆਂ ਖੂਨ ਦੇ ਵਿੱਚ ਪਾਰਟੀ ਪ੍ਰਤੀ ਵਫਾਦਾਰੀ ਹੋ ਉਹ ਕਦੀ ਪਾਰਟੀ ਨਹੀਂ ਛੱਡਦਾ ਹੈਗਾ ਜ਼ਰੂਰ ਹੀ ਨਹੀਂ ਹੈ ਕਿ ਤੁਹਾਡੀ ਐਮਐਲਏ ਬਣ ਕੇ ਹੀ ਭੁੱਖ ਪੂਰੀ ਹੋਣੀ ਆ ਇਦਾਂ ਦੇ ਹਜ਼ਾਰਾਂ ਪੰਜਾਬ ਦੇ ਵਿੱਚ ਲੀਡਰ ਨੇ ਜਿਹੜੇ ਐਮਐਲਏ ਤੋਂ ਵੀ ਉੱਪਰ ਨੇ ਮੰਤਰੀ ਤੋਂ ਵੀ ਉੱਪਰ ਨੇ ਮੁੱਖ ਮੰਤਰੀ ਤੋਂ ਵੀ ਉੱਪਰ ਨੇ ਇਸ ਕਰਕੇ ਜ਼ਰੂਰੀ ਨਹੀਂ ਅੱਪਰ ਹੋਣ ਕਿਉਂਕਿ ਬੰਦਾ ਕਹਿੰਦਾ ਕਿ ਐਮਐਲਏ ਵੀ ਬਣੂਗਾ ਐਮਐਲਏ ਮਗਰੋਂ ਬੰਦੇ ਨੇ ਉਹ ਪਹਿਲਾਂ ਹੀ ਮੁੱਖ ਮੰਤਰੀ ਤੇ ਮੰਤਰੀ ਦੇ ਸੁਪਨੇ ਲੈ ਕੇ ਆਉਂਦੇ ਨੇ ਇਸ ਕਰਕੇ ਉਹ ਮਾਰ ਖਾ ਜਾਂਦੇ ਨੇ ਪਰ ਹੁਣ ਦੇਖਦੇ ਕਿ ਡਿੰਪੀ ਢੁਲੋਂ ਸਾਹਿਬ ਨੂੰ ਜਿਹੜੀ ਆ ਸੀਟ ਆਮ ਆਦੀ ਪਾਰਟੀ ਲੜਾਉਂਦੀ ਆ ਤੇ ਜੇ ਸੰਦੀਪ ਆਮ ਆਦੀ ਪਾਰਟੀ ਡਿੰਪੀ ਢੁਲੋਂ ਨੂੰ ਟਿਕਟ ਦਿੰਦੀ ਆ ਤੇ ਫਿਰ ਸਵਾਲ ਦੂਜੇ ਪਾਸੇ ਵੀ ਖੜੇ ਹੋਣੇ ਨੇ ਕਿ ਆਮ ਆਦੀ ਪਾਰਟੀ 11 ਸਾਲ ਪੁਰਾਣੀ ਪਾਰਟੀ ਹੋ ਗਈ ਆ ਇੰਡੀਆ ਦੀ ਕੌਮੀ ਪਾਰਟੀ ਬਣ ਚੁੱਕੀ ਹੈ ਨੈਸ਼ਨਲ ਪਾਰਟੀ ਦਾ ਰਤਬਾ ਹਾਸਲ ਹੋ ਚੁੱਕਾ ਪੰਜਾਬ ਦੇ ਵਿੱਚ ਉਹਨਾਂ ਕੋ 92 ਲਾ ਲਓ ਚਲੋ 92 ਲਾ ਲਓ ਉਮੀਦ ਤੇ ਰਕੜ ਲੋਤੇ 92 ਐਮਐਲਏ ਨੇ ਮੁੱਖ ਮੰਤਰੀ ਸਮੇਤ 92 ਐਮਐਲਏ ਜਿਸ ਪਾਰਟੀ ਦੇ ਉਹਨਾਂ ਕਰੀਬ 62 2.5 ਮਹੀਨੇ ਦੀ ਤੁਹਾਡੀ ਸਰਕਾਰ ਹੋ ਗਈ ਹੋਵੇ ਤੇ ਅੱਜ ਵੀ ਤੁਹਾਨੂੰ ਬਾਹਰਲੇ ਉਮੀਦਵਾਰ ਹੀ ਲੈਣੇ ਪੈ ਰਹੇ ਹੋ ਨੇ ਇਸ ਤੋਂ ਮਾੜੀ ਗੱਲ ਆਮ ਆਦੀ ਪਾਰਟੀ ਵਾਸਤੇ ਕੀ ਮਾੜੀ ਤਸਵੀਰ ਹੋਏਗੀ ਤੁਹਾਡੇ ਕੋ ਜਲੰਧਰ ਲੋਕ ਸਭਾ ਜਮਨੀ ਚੋਣ ਹੋਈ ਤੁਹਾਡੇ ਕੋ ਆਪਣਾ ਬੰਦਾ ਨਹੀਂ ਮਿਲਿਆ ਤੁਸੀਂ ਸੁਸ਼ੀਲ ਰਿੰਕੂ ਨੂੰ ਲੈ ਕੇ ਆਇਓ ਉਸ ਤੋਂ ਬਾਅਦ ਤੁਹਾਡੇ ਕੋ ਹਾਰਪੁਰ ਬੰਦਾ ਨਹੀਂ ਹੈਗਾ ਤੁਸੀਂ ਪਵਨ ਕੁਮਾਰ ਉਹਨੂੰ ਲੈ ਕੇ ਪਵਨ ਕੁਮਾਰ ਟੀਨੂ ਨੂੰ ਲੈ ਕੇ ਆਇਓ ਉਹ ਸੌਰੀ ਜਲੰਧਰ ਚੱਬੇ ਵੱਲ ਲੈ ਕੇ ਆਇਓ ਜਲੰਧਰ ਰਿੰਕੂ ਤੁਹਾਨੂੰ ਧੋਖਾ ਦੇ ਗਿਆ ਤੁਸੀਂ ਕਾਲੀ ਦਾ ਪਵਨ ਕੁਮਾਰ ਟੀਨੂ ਪਟਿਆ ਧੂਰੀ ਤੁਹਾਨੂੰ ਲੱਗਦਾ ਸੀ ਕਿ ਉਸ ਹਲਕੇ ਦੇ ਵਿੱਚ ਸਾਨੂੰ ਉਹਨੂੰ ਹਰ ਹਾਲਤ ਦੇ ਵਿੱਚ ਅਸੀਂ ਸੁਖਪਾਲ ਸਿੰਘ ਖੈਰ ਨੂੰ ਰੋਣਾ ਤੁਸੀਂ ਦਲਬੀਰ ਗੋਲਦੀ ਤੋੜ ਲਿਆ ਜਲੰਧਰ ਸ਼ੀਤਲੰਗਰਾੜ ਸੀਟ ਛੱਡਦਾ ਹੈਗਾ ਤੁਸੀਂ ਚੱਕ ਕੇ ਉਹਨੂੰ ਲੈ ਜਾਂਦਾ ਹੈਗਾ ਮਹਿੰਦਰ ਭਗਤ ਨੂੰ ਲੈ ਜਾਂਦਾ ਹੁਣ ਸਵਾਲ ਹੈ ਕਿ ਕੀ ਇੱਥੋਂ ਗਿੱਦੜਵਾਹਾ ਤੋਂ ਜਿਨ੍ਹਾਂ ਨੇ 217 ਦੇ ਵਿੱਚ ਆਮ ਆਦੀ ਪਾਰਟੀ ਵੱਲੋਂ ਲੜੀ 2022 ਦੇ ਵਿੱਚ ਆਮ ਆਦੀ ਪਾਰਟੀ ਵੱਲੋਂ ਲੜੀ ਉਹਨਾਂ ਦਾ ਪੱਤਾ ਕੱਟਿਆ ਗਿਆ ਉਥੋਂ ਡਿੰਪੀ ਢਲੋਂ ਹੋਣਗੇ ਤੇ ਕੀ ਫਿਰ ਗਰਦਾਸਪੁਰ ਤੋਂ ਚਰਚਾ ਕਿ ਸ਼ਾਇਦ ਕੋਈ ਕਾਲੀਦਲ ਦਾ ਲੀਡਰ ਵੱਡਾ ਜਾਂ ਕੋਈ ਭਾਜਪਾ ਦਾ ਵੱਡਾ ਲੀਡਰ ਉਹ ਛੱਡ ਕੇ ਤੇ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਚੋਣ ਲੜਨ ਉਹਨਾਂ ਦੇ ਟੱਬਰ ਦੇ ਖਿਲਾਫ ਚੋਣ ਲੜਨ ਮਤਲਬ ਅੱਜ ਵੀ ਐਡੀ ਪਾਰਟੀ ਸਟਰੋਂਗ ਵੇ ਤੁਸੀਂ ਕਹਿੰਦੇ ਕਿ ਸਾਡੀ ਪਾਰਟੀ ਬੜੀ ਹਰਮਨ ਪਿਆਰੀ ਆ ਹਮ ਹਰਮਨ ਪਿਆਰੀ ਪਾਰਟੀ ਹੋਵੇ ਤੇ ਤੁਹਾਨੂੰ ਬਾਹਰਲੇ ਉਮੀਦਵਾਰਾਂ ਤੇ ਜੂਵਾ ਖੇਡਣਾ ਪੈ ਰਿਹਾ ਹੋਵੇ ਇਹਨੂੰ ਹਰਮਨ ਪਿਆਰ ਤਾਂ ਨਹੀਂ ਕਿਹਾ ਜਾਂਦਾ ਇਹਨੂੰ ਡਰ ਕਿਹਾ ਜਾਂਦਾ ਹੈ ਮੰਨ ਲਿਆ ਜਵੇਂ ਕਿ ਹੁਣ ਦਰਿਆ ਵਿਛਾਉਣ ਵਾਲਿਆਂ ਨੂੰ ਫੇਰ ਇੱਕ ਵਾਰੀ ਟੀਚਰਾਂ ਹੋਣਗੀਆਂ ਦਰੀਆਂ ਵਿਛਾਉਣ ਵਾਲੇ ਤੇ ਕਿਸੇ ਵੀ ਪਾਰਟੀ ਨੇ ਮੁੱਲ ਨਹੀਂ ਪਾਇਆਗਾ ਉਹ ਟਾਈਮ ਗਏ ਨੇ ਉਹ ਯੁੱਗ ਬੀਤ ਚੁੱਕਾ ਵਾ ਜਦੋਂ ਕਾਂਗਰਸੀਆਂ ਦਰੀਆਂ ਵਿਛਾਉਣ ਵਾਲਿਆਂ ਟਿਕਟਾਂ ਮਿਲਦੇ ਅਕਾਲੀ ਦਲ ਵਾਲਿਆਂ ਨੂੰ ਟਿਕਟਾਂ ਮਿਲਦੀਆਂ ਹੁੰਨ ਤੇ ਟੱਬਰਾਂ ਨੂੰ ਟਿਕਟਾਂ ਮਿਲਦੀਆਂ ਨੇ ਪੈਸੇ ਵਾਲਿਆਂ ਨੂੰ ਟਿਕਟਾਂ ਮਿਲਦੀਆਂ ਹੈਗੀਆਂ ਨੇ ਬਿਜ਼ਨਸਮੈਨਾਂ ਨੂੰ ਟਿਕਟਾਂ ਮਿਲਦੀਆਂ ਨੇ ਉਹਨਾਂ ਨੂੰ ਟਿਕਟਾਂ ਮਿਲਦੀਆਂ ਨਾ ਦਰੀਆਂ ਵਿਛਾਉਣ ਵਾਲਾ ਕਿਹੜਾ ਮੈਨੂੰ ਤੇ ਅੱਜ ਤੱਕ ਦੇਖਿਆ ਨਹੀਂ ਕਿ ਕਿਸੇ ਨੇ ਦਰੀ ਵਿਛਾਈ ਹੋਵੇ ਉਹ ਕਹਿਣ ਵਾਲੀਆਂ ਗੱਲਾਂ ਹੁੰਦੀਆਂ ਨੇ ਇੱਕ ਜਜ਼ਬਾਤਾਂ ਨੂੰ ਜਿਹੜੇ ਜਜ਼ਬਾਤ ਤੁਹਾਡੇ ਬਾਹਰ ਨਿਕਲਦੇ ਨਾ ਉਹ ਗੱਲ ਹੁੰਦੀ ਕਿ ਹਾਂ ਦਰੀਆਂ ਵਿਛਾਉਣਾ ਉਹ ਪਹਿਲਾਂ ਸੀ ਦਰੀਆਂ ਵਿਛਾਉਣ ਵਾਲੇ ਹੁਣ ਦਰੀਆਂ ਹੁਣ ਤੇ ਗਲੀਚੇ ਘਰੋਂ ਲੈ ਕੇ ਆਉਂਦੇ ਨੇ ਲੋਕ ਉਹ ਗਲੀਚੇ ਵੀ ਲੱਖਾਂ ਰੁਪਏ ਵਾਲੇ ਜਿਹੜੇ ਤੋਹਫੇ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਨੇ ਉਹ ਟਾਈਮ ਬੀਤ ਚੁੱਕਾ ਹੈਗਾ ਦਰੀਆਂ ਵਿਛਾਉਣ ਵਾਲੀਆਂ ਵੀ ਗੱਲਾਂ ਬੜੀਆਂ ਹੋਈਆਂ ਇੱਥੇ ਤੇ ਗੇਜਾ ਮੇਜਾ ਛਿੰਦੇ ਦੇ ਮਿਸਤਰੀਆਂ ਦੇ ਬੋਰਡ ਲੱਗਣੇ ਸੀ ਉਹ ਨਹੀਂ ਲੱਬੇ ਹੈਗੇ ਇੱਥੇ ਤੇ ਸਾਈਕਲਾਂ ਵਾਲਾ ਛਿੰਦਾ ਭੋਲਾਪਣ ਕਿਹੜੇ ਕਿੜੇ ਉਹ ਵੀ ਨਹੀਂ ਲੱਬੇ ਹੈਗੇ ਉਹ ਸੁਣਨ ਨੂੰ ਗੱਲਾਂ ਲੱਗਦੀਆਂ ਹੈਗੀਆਂ ਨਾ ਉਹ ਕੋਈ ਇੱਕ 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 ਫਿਲਮ ਦੇ ਵਿੱਚ ਇੱਕ ਕਾਲਪਨਿਕ ਕਹਾਣੀ ਆਪਾਂ ਨੂੰ ਚੰਗੀ ਲੱਗਦੀ ਹੈ ਹਕੀਕਤ ਤੇ ਕਾਲਪਨਿਕ ਚ ਕਲਪਨਾ ਚ ਜ਼ਮੀਨ ਆਸਮਾਨ ਦਾ ਫਰਕ ਹੈ ਨਾ ਜੀ ਸਥਿਤੀ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਚਰਚਾ ਸ਼ੁਰੂ ਹੋਈ ਗਈ ਹੈ ਕਿ ਆਮ ਆਦੀ ਪਾਰਟੀ ਨੂੰ ਆਪਣੇ ਬੰਦੇ ਨਹੀਂ ਲੱਭਦੇ ਆਪਣੀ ਝਾੜੂ ਵਾਲੇ ਨਹੀਂ ਲੱਭਦੇ ਜਿਨ੍ਹਾਂ ਨੇ ਵਿਚਾਰਿਆ ਨੇ ਕੇਸਰੀ ਪੱਗਾਂ ਲੈ ਲਈਆਂ ਜਿਨ੍ਹਾਂ ਨੇ ਟੋਪੀਆਂ ਲੈ ਲਈਆਂ ਇੱਕ ਪਾਸੇ ਕੇਜਰੀਵਾਲ ਸਾਹਿਬ ਦੀ ਫੋਟੋ ਹੈ ਦੂਜੇ ਪਾਸੇ ਝਾੜੂ ਦੀ ਫੋਟੋ ਫੋਟੋ ਹੈ ਨਾ ਕੱਲ ਅੰਦਰੋਂ ਅੰਦਰੀ ਜਿਹੜੀ ਆਮ ਆਦੀ ਪਾਰਟੀ ਦੀ ਸਥਿਤੀ ਬਹੁਤ ਮਾੜੀ ਆ ਸਵਾਲ ਹੈ ਕਿ ਕਹਰੇ ਮਨੀਸ਼ ਸੋਧਿਆ ਸਾਹਿਬ ਤੇ ਬਹਾਨੇ ਦੇ ਨਾਲ ਮੱਥਾ ਟੇਕਣ ਆਏ ਨੇ ਕਹਾਣੀ ਦੇ ਕੁਝ ਹੋਰ ਸੀ ਕਈਆਂ ਦੀਆਂ ਸੁਣਨ ਆਏ ਸੀ ਤੇ ਕਈਆਂ ਨੂੰ ਸੁਨਾਉਣ ਆਏ ਸੀ ਕਿਉਂਕਿ ਅਫਸਰशाही ਵੀ ਬਹੁਤ ਜ਼ਿਆਦਾ ਪੰਜਾਬ ਦੀ ਤੰਗ ਹੋ ਚੁੱਕੀ ਹੈਗੀਆ ਔਰ ਐਮਐਲਏ ਉਸ ਤੋਂ ਜ਼ਿਆਦਾ ਤੰਗ ਆ ਗਏ ਨੇ ਇਹ ਤਾਂ ਉਹ ਹੁੰਦਾ ਕਿ ਇੱਥੇ ਹੁਣ ਪੰਜਾਬ ਦੇ ਵਿੱਚ ਹੈ ਕਿ ਭੁੱਖੇ ਨੂੰ ਭੁੱਖਾ ਟੱਕਰੇ ਦੇ ਦੋਨੇ ਗੱਸ਼ ਖਾ ਕੇ ਡਿਗਪੇ ਇਹ ਪੰਜਾਬ ਦੇ ਵਿੱਚ ਅਫਸਰਾਂ ਦੀ ਤੇ ਵਿਧਾਇਕਾਂ ਦੀ ਤੇ ਮੰਤਰੀਆਂ ਦੀ ਇਹ ਕਹਾਣੀ ਆ ਹੁਣ ਰਹੀ ਗੱਲ ਇਹ ਚਰਚਾ ਲਾਜ਼ਮੀ ਤੌਰ ਤੇ ਕਿ ਡਿੰਪੀ ਟਲੋ ਬਰਨਾਲੇ ਤੋਂ ਕੀ ਉਮੀਦ ਹੈਰ ਦੇ ਦੋਸਤ ਨੂੰ ਟਿਕਟ ਮਿਲੇਗੀ ਜਾਂ ਫਿਰ ਦਲਬੀਰ ਗੋਲਡੀ ਨੂੰ ਮਿਲੇਗੀ ਕੀ ਫਿਰ ਉਥੇ ਚੱਬੇਵਾਲ ਚੱਬੇਵਾਲ ਦੀਆਂ ਅੱਜ ਵੀ ਰਗਾਂ ਦੇ ਵਿੱਚ ਕਾਂਗਰਸੀ ਖੂਨ ਆ। ਠੀਕ ਹੈ ਉਹ ਐਮਪੀ ਬਣ ਗਿਆਗੇ ਉਹਦੇ ਭਰਾ ਨੂੰ ਟਿਕਟ ਮਿਲੂਗੀ ਤੇ ਉਤੋਂ ਮਤਲਬ ਗਿਆ ਆਮ ਆਦੀ ਪਾਰਟੀ ਦਾ ਵਰਕਰ ਗਿਆ ਜੇ ਡਾਕਟਰ ਚੱਬੇਵਾਲ ਨੇ ਜਿਸ ਨੂੰ ਹਰਾਇਆ 2022 ਦੇ ਵਿੱਚ ਆਮ ਆਦੀ ਪਾਰਟੀ ਦੇ ਲੀਡਰ ਉਹਦੇ ਵਿਚਾਰਾ ਕਹਿੰਦਾ ਹੋਊਗਾ ਕਿ ਜੇ ਚੱਬੇਵਾਲ ਐਮਪੀ ਬਣ ਗਿਆ ਵਾ ਤੇ ਮੇਰੀ ਵਾਰੀ ਆਜੂਗੀ। ਕੀ ਪਤਾ ਉਥੇ ਚੱਬੇਵਾਲ ਦਾ ਭਰਾ ਨੂੰ ਟਿਕਟ ਮਿਲ ਜੇ। ਹੁਣ ਗੱਲ ਡੇਰੇ ਬਾਬਾ ਨਾਨਕ ਦੀ ਪਹੁੰਚ ਜੀ ਆਪਾਂ ਡੇਰੇ ਬਾਬਾ ਨਾਨਕ ਦੇ ਵਿੱਚ ਕੀ ਗੁਰਦੀਪ ਸਿੰਘ ਰੰਧਾਵਾ ਨੂੰ ਟਿਕਟ ਮਿਲੂਗੀ ਜਾਂ ਕਿਸੇ ਹੋਰ ਲੀਡਰ ਨੂੰ ਮਿਲੂਗੀ ਚਰਚਾ ਤੇ ਚੱਲ ਰਹੀ ਹੈ ਕਿ ਇੱਕ ਬਹੁਤ ਵੱਡੇ ਪਹਿਲਾਂ ਅਕਾਲੀ ਦਲ ਦਾ ਲੀਡਰ ਹੀ ਫਿਰ ਉਹ ਭਾਜਪਾ ਜੇ ਚੱਲ ਗਿਆ ਉਹਨਾਂ ਦੇ ਨਾਲ ਵੀ ਟੈਲੀਫੋਨ ਤੇ ਗੱਲਾਂ ਹੋ ਰਹੀਆਂ ਨੇ ਠੀਕ ਹੈ ਉਹ ਵੀ ਚਰਚਾ ਹੈਗੀ ਹੈ ਮਤਲਬ ਆਮ ਆਦਮੀ ਪਾਰਟੀ ਕੋ ਇਹ ਟਿਕਟਾਂ ਵਾਸਤੇ ਬੰਦੇ ਨਹੀਂ ਆਪਣੇ ਜਾਂ ਉਹਨਾਂ ਨੂੰ ਲੱਗਦਾ ਨਹੀਂ ਆਇਆ ਕਿ ਜਿਹੜੀ 2022 ਦੇ ਵਿੱਚ ਹਵਾ ਸੀ ਨਾ ਜਿਵੇਂ ਕਹਿੰਦੇ ਹੁੰਦੇ ਕਿ ਛੱਤਰ ਦੇ ਨਾਲ ਸਾਇਆ ਉਹ ਟਾਈਮ ਬੀਤ ਚੁੱਕਾ ਹੁਣ ਮਿਹਨਤ ਕਰਨੀ ਪੈਣੀ ਕਿਉਂਕਿ ਹੁਣ ਤੁਹਾਡੀ 27ਆਂ 28ਆਂ ਮਹੀਨਿਆਂ ਦੀ ਜਿਹੜੀ ਪਰਫਾਰਮੈਂਸ ਆ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਵੋਟ ਪਾਉਂਦੇ ਨੇ ਤੇ ਜੇ 27ਆਂ 28ਆਂ ਮਹੀਨਿਆਂ ਦੀ ਪਰਫਾਰਮੈਂਸ ਚੰਗੀ ਹੁੰਦੀ ਨਾ ਸਰਕਾਰ ਦੀ ਫਿਰ ਆਪਾਂ ਛੱਡੋ ਤੇ 13 'ਚੋਂ 13 ਤੇ ਭਾਵੇਂ ਨਾ ਆਉਂਦੀਆਂ ਘੱਟੋ ਘੜ 13 ਚੋ 7 ਤੇ ਆ ਜਿੰਦੀ 13 ਚੋ 6 ਆ ਜਿੰਦੀ ਪਰਫਾਰਮੈਂਸ ਚੰਗੀ ਹੁੰਦੀ ਇਸ ਕਰਕੇ ਮੈਨੂੰ ਲੱਗਦਾ ਕਿ ਬਗਾਨੇ ਘੋੜਿਆਂ ਤੇ ਦਾਅ ਖੇਡਿਆ ਜਾ ਰਿਹਾ ਗਿਆ ਕਿਉਂਕਿ ਡਿੰਪੀ ਢਲੋ 17 ਦੇ ਵਿੱਚ ਹੀ ਬਹੁਤ ਘੱਟ ਮਾਰਜਨ ਨਾਲ ਹਾਰੇ 222 ਦੇ ਵਿੱਚ ਤਾਂ ਬਿਲਕੁਲ ਹੀ ਘੱਟ ਮਾਰਜਨ ਦੇ ਨਾਲ 1349 ਤੇ ਜੇ 700 ਵੋਟ ਪੈ ਜਾਂਦੀ ਹੋਰ ਡਿੰਪੀ ਢਲੋ ਨੂੰ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਤੇ ਉੱਡ ਗਿਆ ਸੀ ਉੱਥੇ ਹੀ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਡਿੰਪੀ ਢਲੋਂ ਹਣਾਂ ਦੀ ਇੱਕ ਨਾਮੀ ਸਿੰਗਰ ਨੇ ਕਹਿੰਦੇ ਗੱਲਬਾਤ ਕਰਵਾਈ ਆ ਔਰ ਦੂਜੀ ਰਹੀ ਗੱਲ ਹੈ ਕਿ ਡਿੰਪੀ ਢਲੋਂ ਸਾਹਿਬ ਨੇ ਵੀ ਅੱਜ ਬੋਲੇ ਆ ਕਿ ਤੇ ਸੁਭੀ ਸਿੰਘ ਬਾਦਲ ਨੂੰ ਚੁਣੌਤੀ ਦੇ ਦਿੱਤੀ ਹੈਗੀ ਉਹਦਾ ਕਹਿੰਦੇ ਕਿ ਮੇਰੇ ਸਿਆਸੀ ਗੁਰੂ ਆ ਇਹ ਵੇਖੋ ਸਿਆਸੀ ਗੁਰੂਆਂ ਨੂੰ ਵੀ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ ਇਹਦੇ 'ਚ ਹੁੰਦਾ ਹੈ ਕਿ ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ ਹੁਣ ਡਿੰਪੀ ਢਲੋਂ ਸਾਹਿਬ ਦੇ ਵਿੱਚ ਯਾਰ ਜਿਹੜਾ ਬੋਲਦਾ ਸਰਕਾਰ ਬੋਲਦੀ ਆ ਜਾਂ ਭਗਵੰਤ ਮਾਨ ਸਾਹਿਬ ਬੋਲਦੇ ਆਗੇ ਨੇ ਕਿਉਂਕਿ ਇੱਕ ਪਾਸੇ ਸਰਕਾਰ ਦਾ ਯੋਰ ਦੂਜੇ ਪਾਸੇ ਇੱਕ ਪਾਰਟੀ ਦਾ ਉਹ ਵੀ ਪਾਰਟੀ ਦਾ ਜੋਰ ਜਿਹੜੀ ਅੱਜ ਕੱਲ ਲੋਕਾਂ ਦੀ ਨਜ਼ਰਾਂ ਚ ਉਤਰ ਚੁੱਕੀ ਆ ਔਰ ਦੂਜਾ ਸਵਾਲ ਹੈ ਕਿ ਡਿਪੀਡਲੋ ਸਾਭ ਦੀ ਜਿਹੜੀ ਸਟੇਟਮੈਂਟ ਵੀ ਆ ਕਿ ਮੈਨੂੰ ਓਐਸਡੀ ਸਾਹਿਬ ਦਾ ਫੋਨ ਆਇਆ ਹੈਗਾ ਕਿ ਉਹ ਵੇਖੋ 5 ਮਿੰਟਾਂ ਦੇ ਵਿੱਚ ਹੀ ਅੱਜ ਕੱਲ ਲੋਕਾਂ ਦਾ ਮਨ ਪਿਗਲ ਜਾਂਦਾ ਹੈਗਾ ਮਤਲਬ 50 ਮਿੰਟਾਂ ਵਾਲਾ ਪਤਾ ਨਹੀਂ ਉਹ ਕਿਹੜਾ ਇਦਾਂ ਦੇ ਪਾਲ ਆ ਜਾਂਦੇ ਨੇ ਕਿ ਕਿਹੜੀਆਂ ਗੱਲਾਂ ਚੰਗੀਆਂ ਲੱਗਣ ਲੱਗ ਪਈਆਂ ਹੈਗੀਆਂ ਡਾਕਟਰ ਸੁਖੀ ਨੂੰ ਇੱਕ ਅਚਾਨਕ ਸੀਐਮ ਸਾਹਿਬ ਦੀਆਂ ਗੱਲਾਂ ਚੰਗਣ ਲੱਗੀਆਂ ਜਾਂ ਚੱਬੇਵਾਲ ਸਾਹਿਬ ਨੂੰ ਬੜੀਆਂ ਚੰਗੀਆਂ ਪਹਿਲਾਂ ਸੰਗਲ ਪਾ ਗਿਆ ਸੀ ਫਿਰ ਆਮ ਆਦੀ ਪਾਰਟੀ ਦਾ ਸਿਆਸੀ ਸੰਗਲ ਚ ਪਾ ਗਿਆ ਨਾ ਪਤਾ ਨਹੀਂ ਇਹ ਇੱਕ ਨਵਾਂ ਹੀ ਫੰਡਾ ਜਾ ਗਿਆ ਗੱਲ ਬਦਲੂਆਂ ਦਾ ਮਸ਼ਹੂਰ ਡਾਇਲੋਗ ਹੋ ਗਿਆ ਇੰਨੇ ਫਿਲਮਾਂ 'ਚ ਨਹੀਂ ਚੇਤੇ ਰੱਖੇ ਜਾਂਦੇ ਕਿ ਹੋ ਗਿਆ ਕਿ ਸੰਗਤ ਦਾ ਫੈਸਲਾ ਜੀ ਸੰਗਤ ਦੇ ਕਹਿਣ ਦੇ ਉੱਤੇ ਸੀ ਕਰ ਰਹੇ ਆ ਲੋਕਾਂ ਦੇ ਕਹਿਣ ਤੇ ਅਸੀਂ ਕਰ ਰਹੇ ਆ ਆਪ ਦਾ ਵਿਕਾਸ ਨਹੀਂ ਸਾਨੂੰ ਲੋਕਾਂ ਦਾ ਵਿਕਾਸ ਚਾਹੀਦਾ ਜੇ ਸੰਗਤ ਦਾ ਫੈਸਲਾ ਹੁੰਦਾ ਤਾਂ ਫਿਰ 2022 'ਚ ਨਾ ਇਹਨਾਂ ਨੂੰ ਜਿਤਾ ਦਿੰਦੇ ਹਾਰਨ ਤੇ ਸੰਗਤ ਦਾ ਕਹਿੰਦਾ ਫੈਸਲਾ ਜੇ ਗਿੱਦੜਵਾਹੇ ਦੀ ਸੰਗਤ ਨੇ ਜਿਤਾਉਣਾ ਹੁੰਦਾ ਤਾਂ 2017 'ਚ ਡਿੰਪੀ ਢੱਲ ਨੂੰ ਜਿਤਾ ਦਿੰਦੇ ਜਾਂ 2022 ਦੇ ਵਿੱਚ ਹੀ ਡਿੰਪੀ ਢੱਲੂ ਸਾਹਿਬ ਨੂੰ ਜਿਤਾ ਦਿੰਦੇ ਉਦੋਂ ਤੇ ਸੰਗਤ ਨੂੰ ਯਾਦ ਨਹੀਂ ਆਈ ਤੇ ਹੁਣ ਜਿਹੜੇ ਸੰਗਤ ਨੂੰ ਯਾਦ ਆ ਗਿਆ ਕਿ ਹੈਨਾ ਮੈਨੂੰ ਲੱਗਦਾ ਕਿ ਸੰਗਤ ਵੀ ਉਹ ਬੁਲਾਈ ਜਾਂਦੀ ਹੁੰਦੀ ਹੈ ਜਿਹੜੀ ਜੈਸਮਨ ਅਗਲਾ ਕਹਿੰਦਾ ਯਾਰ ਚਾਹ ਪਾ ਪਕੌੜਿਆਂ ਦਾ ਲੰਗਰ ਲਗਾ ਨਾਲੇ ਪਕੌੜੇ ਖਾਵਾਂਗੇ ਚਾਹ ਪੀਵਾਂਗੇ ਲੰਗਰ ਸ਼ਾਕਾਂਗੇ ਸ਼ਾਮ ਨੂੰ ਕੋੜਾ ਘੁੱਟ ਕਰ ਲੈ ਅਗੇ ਨੇ ਆਪਾਂ ਨਾਰੇ ਮਾਰਨੇ ਇੱਧਰ ਜਿੰਦਾਬਾਦ ਦੇ ਨਾਅਰੇ ਰੋਲ ਇੱਧਰ ਮੁਰਦਾਬਾਦ ਦੇ ਨਾਰੇ ਲਾ ਲੋ ਹੋਣ ਦੇ ਲੋਕਾਂ ਨਾਲੋਂ ਜ਼ਿਆਦਾ ਸਿਆਣੇ ਲੋਕ ਹੋ ਗਏ ਨੇ ਪੇ ਜੇ ਸਾਨੂੰ ਬੁੱਧੂ ਬਣਾਈ ਜਾਂਦੇ ਆਪਾਂ ਇਹਨਾਂ ਦੇ ਬੁੱਧੂ ਖਿੱਚੀ ਜਾਈਏ ਆਪਣੇ ਤੇ ਚਲ ਡਾਂਗੀ ਸਰ ਚੱਲਣਾ ਚੱਲਣਾ ਚਾਹੀਦਾ ਹੈਗਾ ਆਪਣੋਂ ਕੀ ਹੈਗਾ ਸੰਗਤ ਦਾ ਕੋਈ ਫੈਸਲਾ ਨਹੀਂ ਹੁੰਦਾ ਜੇ ਸੰਗਤ ਦਾ ਫੈਸਲਾ ਹੁੰਦਾ ਤੇ ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ ਹੈਗਾ ਸੰਗਤ ਦਾ ਫੈਸਲਾ ਸੀ ਉਤੋਂ ਜਿੱਤਿਆ ਰਾਜਾ ਮਰਿੰਦਰ ਸਿੰਘ ਵੜਿੰਗ ਹੋਣੀ ਨਾ ਠੀਕ ਹੈ ਉਹਨਾਂ ਦੀ ਪਾਰਟੀ ਨੂੰ ਬਾਅਦ ਚ ਲੋਕ ਸਭਾ ਤਾਰ ਦਿੱਤਾ ਹੁਣ ਦੂਜਾ ਸਵਾਲ ਹੈ ਕਿ ਕਾਂਗਰਸ ਪਾਰਟੀ ਤੋਂ ਕਿਹਨੂੰ ਲੜਾਉਂਦੀ ਹੈਗੀ ਨਾ ਅਕਾਲੀ ਦਲ ਕੀ ਹੈ ਹੁਣ ਮਨਪੀਰ ਸਿੰਘ ਬਾਦਲ ਕੀ ਬਠਿੰਡੇ ਤੋਂ ਔਰ ਸੌਰੀ ਗਿੱਦੜਬਾਦ ਤੋਂ ਭਾਜਪੀ ਵੱਲੋਂ ਲੜਨਗੇ ਜਾਂ ਕੀ ਹੁਣ ਸੁਬੀਰ ਸਿੰਘ ਬਾਦਲ ਗਿੱਦੜਬਾਦ ਤੋਂ ਲੜਨਗੇ ਇਹ ਇੰਟਰਸਟਿੰਗ ਆ ਔਰ ਸਭ ਤੋਂ ਵੱਡੀ ਗੱਲ ਕਿ ਹਲੇ ਇਲੈਕਸ਼ਨ ਹੋ ਰਹੀ ਨਹੀਂ ਪੰਜਾਬ 'ਚ ਪਰ ਸਰਗਰਮੀਆਂ ਹੋ ਗਈਆਂ ਨੇ ਔਰ ਇਲੈਕਸ਼ਨ ਕਮਿਸ਼ਨ ਵੀ ਮੈਨੂੰ ਲੱਗਦਾ ਹੈ ਕਿ ਜਦੋਂ ਦਿੱਲੀ ਵਿਧਾਨ ਸਭਾ ਦੀਆਂ ਵੋਟਾਂ ਪੈਣਗੀਆਂ ਉਦੋਂ ਪੰਜਾਬ ਦੇ ਵਿੱਚ 4-5 ਹਲਕਿਆਂ ਦੀਆਂ ਵੋਟਾਂ ਕਰਾਉਣਗੇ ਕਿ ਪਉ ਕੋਈ ਤੁਮਾਰ ਸਾਹਿਬ ਨੂੰ ਦਿੱਲੀ ਵੀ ਲੜਦੇ ਪੈਣੇ ਕੈਪਟਨ ਮੰਤਰੀਆਂ ਨੂੰ ਉੱਥੇ ਜਾਣਾ ਪੈਣਾ ਹੈਗਾ ਮਤਲਬ ਸਰਕਾਰ ਦਾ ਜਿਹੜਾ ਨਾ ਜਿਹੜਾ ਪੋਣਾ ਯੋਰ ਉਹਦੇ ਦਿੱਲੀ ਲੱਗੂ ਆ ਪਾਈਆ ਕੀ ਜੋਰ ਫਿਰ ਇਹਨੂੰ ਪੰਜਾਬ ਦੇ ਵਿੱਚ ਲਾਉਣਾ ਪੈਣਾ ਹੈਗਾ ਇਸ ਕਰਕੇ ਨਹੀਂ ਤੇ ਇਲੈਕਸ਼ਨ ਕਮਿਸ਼ਨ ਹੋਂ ਤੱਕ ਜਿੰਨੇ ਵੀ ਵੋਟਾਂ ਪੈਂਦੀਆਂ ਨਾ ਮਤਲਬ ਜਿਵੇਂ ਦੋ ਸੂਬਿਆਂ ਦੀਆਂ ਹੋ ਰਹੀਆਂ ਨੇ ਜੰਮੂ ਕਸ਼ਮੀਰ ਦੀਆਂ ਵੋਟਾਂ ਪੈ ਰਹੀਆਂ ਨੇ ਔਰ ਹਰਿਆਣੇ ਦੀ ਹਨਾ ਨਹੀਂ ਤੇ ਪੰਜਾਬ ਦੀਆਂ ਵੀ ਨਾਲ ਚਾਰ ਕਰਵਾਈਆਂ ਜਾ ਸਕਦੀਆਂ ਸੀ ਕਿਤਨੇ ਕਿਤੇ ਅੱਜਕਲ ਜਿਹੜੇ ਇਲੈਕਸ਼ਨ ਕਮਿਸ਼ਨ ਅਦਾਲਤਾਂ ਵੀ ਆ ਉਹ ਬੜੇ ਸੋਚ ਸਮਝ ਕੇ ਫੈਸਲਾ ਦਿੰਦੇ ਨੇ ਜਿਹੜੇ ਸੋਚ ਸਮਝ ਕੇ ਫੈਸਲੇ ਲਏ ਜਾਂਦੇ ਨੇ ਉਹ ਜਨਤਾ ਸੋਚਣ ਵਾਸਤੇ ਮਜਬੂਰ ਹੋ ਜਾਂਦੀ ਹੈ ਕਿ ਕਿਤੇ ਕਿਸੇ ਪੋਲੀਟੀਕਲ ਇਸ਼ਾਰੇ ਦੇ ਤਹਿਤ ਫੈਸਲੇ ਹੋ ਰਹੇ ਨੇ ਜਾਂ ਫਿਰ ਆਪਣੀ ਸੂਝ ਬੂਝ ਦੇ ਨਾਲ ਫੈਸਲੇ ਲਏ ਜਾ ਰਹੇ ਨੇ ਜੀ ਦੇਖਦੇ ਹਾਂ ਕਿ ਅੱਗੇ ਅੱਗੇ ਕੀ ਬਣਦਾ ਹੈ ਇਸ ਚੋਣਾਂ ਨੂੰ ਲੈ ਕੇ ਮੱਦੇ ਨਜ਼ਰ ਇੱਕ ਦੂਜਾ ਮਸਲਾ ਬੜਾ ਇੰਪੋਰਟੈਂਟ ਹੈ ਭਾਲੇਕੇ ਬਹੁਤ ਵਾਰੀ ਇਹ ਗੱਲ ਹੁਣ ਸਾਹਮਣੇ ਆ ਗਈ ਹੈ ਕਿ ਜਿੰਨਾ ਉਸ ਪਾਸੇ ਅਸੀਂ ਗੱਲ ਕਰਾਂਗੇ ਉੰਨੀ ਉਹਦੀ ਪ੍ਰੋਮੋਸ਼ਨ ਆ ਕੰਗਣਾ ਰਣਾਤ ਨਾਮ ਹੈ ਹੁਣ ਹਿਮਾਚਲ ਵਿਧਾਨ ਸਭਾ ਦੇ ਜਿਹੜੀ ਹੈ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਹੈ ਉਸ ਦੇ ਅੰਦਰ ਵੀ ਫਟਕਾਰ ਪੈਂਦੀ ਹੋਵੇ ਉਸ ਦੇ ਖਿਲਾਫ ਗੱਲਾਂ ਹੋ ਰਹੀਆਂ ਹੁਣ ਕਾਰਵਾਈ ਦੀਆਂ ਗੱਲਾਂ ਹੋ ਰਹੀਆਂ ਹੁਣ ਇਤੋਂ ਵੱਡੀ ਤਾਂ ਨਿਮੋਸ਼ੀ ਨਹੀਂ ਹੋ ਸਕਦੀ ਜੇ ਬੰਦਾ ਮੰਨੇ ਤਾਂ ਅਸਲ 'ਚ ਕੰਗਣਾ ਰਣਾਤ ਨੂੰ ਲੱਗਦਾ ਹੈ ਕਿ ਮੈਂ ਦੇਸ਼ ਦੀ ਲੀਡਰ ਹਾਂ ਉਹ ਦੇਸ਼ ਦੀ ਲੀਡਰ ਬੰਣਾ ਚਾਹੁੰਦੀ ਹੈ ਉਹ ਇਹ ਸਾਬਤ ਕਰਨ ਤੇ ਲੱਗਦੀ ਹੈਗੀ ਕਿ ਜੇ ਸਿਮਰਤੀ ਰਾਣੀ ਮਿਨਿਸਟਰ ਬਣ ਸਕਦੀ ਹੈ ਤਾਂ ਮੈਨੂੰ ਕਿਉਂ ਨਹੀਂ ਬਣਾਇਆ ਜਾ ਸਕਦਾ ਉਹਦੀ ਜਿਹੜੀ ਦੌੜ ਆ ਉਹ ਭਾਜਪੀ ਨੂੰ ਖੁਸ਼ ਕਰ ਤੇ ਲੱਗੀ ਹੋਈ ਆ ਉਹ ਹਿੰਦੂ ਸਾਇਕੀ ਨੂੰ ਖੁਸ਼ ਕਰ ਤੇ ਲੱਗੀ ਹੋਈ ਆ ਉਹ ਆਰਐਸਐਸ ਨੂੰ ਖੁਸ਼ ਕਰ ਤੇ ਲੱਗੀ ਹੋਏਗੀ ਜਿੰਨਾ ਸਿੱਖਾਂ ਨੂੰ ਗਾਲਾਂ ਕਢੋ ਜਿੰਨਾ ਪੰਜਾਬੀਆਂ ਨੂੰ ਗਾਲਾਂ ਕਢੋ ਉਹਨਾਂ ਸਾਡੇ ਮੋਢਿਆਂ ਤੇ ਤਬਕੇ ਲੱਗਣਗੇ ਉਹ ਬੀਬੀ ਕਲਗੀ ਲਵਾਉਣ ਦੇ ਖਾਤਰ ਸਿੱਖਾਂ ਨੂੰ ਟਾਰਗੇਟ ਕਰ ਰਹੀ ਹੈ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ ਉਹ ਬੀਬੀ ਨੂੰ ਕਮਲੀ ਨੂੰ ਇਹ ਨਹੀਂ ਪਤਾ ਕਿ ਸਿੱਖ ਸ਼ੇਰਾਂ ਦੀ ਕੌਮ ਆ ਔਰ ਸ਼ੇਰਾਂ ਦੀ ਜਿਹੜੀ ਸਵਾਰੀ ਨਾ ਉਹ ਕੋਈ ਕੋਈ ਕਰ ਸਕਦਾਗਾ ਪਹਿਲਾਂ ਵੀ ਇਸ ਕੌਮ ਦੀ ਸਵਾਰੀ ਕਰਨ ਦੀ ਕਈਆਂ ਨੇ ਕੋਸ਼ਿਸ਼ ਕੀਤੀ ਸੀ ਉਹ ਫਿਰ ਸ਼ੇਰ ਨੇ ਆਪਣੇ ਮੂੰਹ ਦੇ ਵਿੱਚ ਪਾ ਲਿਆ ਸੀ ਉਹਨਾਂ ਲੋਕਾਂ ਨੂੰ ਇਹ ਬੀਬੀ ਨੂੰ ਸਮਝਣਾ ਚਾਹੀਦਾ ਹੈਗਾ ਕਿ ਇਹ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਨਾ ਤੋੜੋ ਬਹੁਤ ਵਧੀਆ ਗੱਲ ਕੀਤੀ ਹੈ ਸੁਖਵਿੰਦਰ ਸਿੰਘ ਸੁਖੂ ਦੀ ਕਾਂਗਰਸ ਦੀ ਹਿਮਾਚਲ ਸਰਕਾਰ ਨੇ ਕਿ ਘੱਟੋ ਘੱਟ ਉਹਨਾਂ ਦੀ ਜਿਹੜੀ ਅੱਜ ਬੌਨਸਨ ਸੈਸ਼ਨ ਹੋਇਆ ਉਹਦੇ ਚ ਇਸ ਬੀਬੀ ਦੇ ਕਿਸਾਨਾਂ ਨੂੰ ਲੈ ਕੇ ਨਿੰਦਾ ਪ੍ਰਸਤਾਵ ਤੇ ਪਾਸ ਕੀਤਾ ਗਿਆ ਯਾਰ ਤੁਸੀਂ ਦੇਸ਼ ਦੇ ਅੰਨਦਾਤਾ ਨੂੰ ਬਲਾਤਕਾਰੀ ਕਹਿ ਰਹੇ ਹੋ ਤੁਸੀਂ ਹੱਤਵਾਦੀ ਕਹਿ ਰਹੇ ਹੋ ਕਿਹੜਾ ਕਿਸਾਨ ਹੱਤਵੱਦੀ ਆ ਕਿਹੜਾ ਕਿਸਾਨ ਬਲਾਤਕਾਰੀ ਆ ਇਹ ਬੀਬੀ ਨੂੰ ਗੱਲ ਕਰਨ ਲੱਗਿਆ ਮਾਸਾ ਪੋਰਾ ਵੀ ਸ਼ਰਮ ਨਹੀਂ ਆਈ ਮਤਲਬ ਇਸ ਬੀਬੀ ਨੇ ਸ਼ਰਮ ਲਾ ਕੇ ਵੇਚ ਦਿੱਤੀ ਤੂੰ ਪੰਜਾਬੀਆਂ ਮਾਵਾਂ ਨੂੰ ਘੱਟੋ ਘੱਟ ਤੂੰ ਪੰਜਾਬੀ ਮਾਂ ਛੱਡ ਦੇ ਇੱਕ ਇੱਕ ਦੇਸ਼ ਦੀ ਨਾਰੀ ਦੀ ਕੋਖ ਦੀ ਤੇ ਤੂੰ ਇੱਜ਼ਤ ਕਰਨਾ ਦੇਸ਼ ਦੀ ਨਾਰੀ ਦੀ ਤੇ ਇੱਜ਼ਤ ਕਰ ਤੂੰ ਉਦੋਂ ਕਹਿੰਦਾ ਕਿ ਪੰਜਾਬ ਦੀਆਂ ਜਿਹੜੀਆਂ ਬੀਬੀਆਂ ਵਾ ਟਕੇ ਟਕੇ ਤੇ ਆ ਕੇ ਦਿਹਾੜੀ 100 100 ਰੁਪਏ ਦੇ ਦਿਹਾੜੀਆਂ ਉਦੋਂ ਨਾ ਤੈਨੂੰ ਸ਼ਰਮਾਈ ਨਾ ਤੇਰੀ ਮਾਂ ਨੇ ਤੇਨੂੰ ਕੁਛ ਆਖਿਆ ਨਾ ਤੇ ਰਿਪਿਓ ਨੇ ਆਖਿਆ ਨਾ ਤੇਰੀ ਭੈਣ ਨੇ ਆਖਿਆ ਨਾ ਤੇਰੇ ਸ਼ਰੀਕੇ ਨੇ ਆਖਿਆਗਾ ਤੇ ਹੁਣ ਤੂੰ ਫਿਰ ਮਤਲਬ ਮੁਰਦਾ ਕਿੰਦਰ ਮੁਰਦਾ ਉਠੂ ਤੇ ਕਫ ਕਫਣ ਪਾੜੂਗਾ ਇਹ ਬੀਬੀ ਦਾ ਉਹ ਵਾਲਾ ਹਿਸਾਬ ਆ ਔਰ ਮੈਨੂੰ ਲੱਗਦਾ ਕਿ ਅੱਜ ਉਥੇ ਦੋ ਮੰਤਰੀ ਬੋਲੇ ਨੇ ਹਿਮਾਚਲ ਪ੍ਰਦੇਸ਼ ਦੇ ਇੱਕ ਤੇ ਜਿਹੜੇ ਮੰਡੀ ਤੋਂ ਜਿਹੜੇ ਹਾਰ ਗਏ ਸੀ ਉਹ ਜਿਹੜੇ ਵਿਕਰਮ ਦਿੱਤਿਆ ਤੇ ਇੱਕ ਹੋਰ ਬੋਲੇ ਆਗੇ ਨੇ ਉਹਨਾਂ ਨੇ ਕਹਦੇ ਇਹਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਵਾਕਏ ਦੇ ਖਿਲਾਫ ਮਕਦਮਾ ਦਰਜ ਹੋਣਾ ਇਹ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਮਸਲੇ ਦੇ ਵਿੱਚ ਇਹ ਪੰਜਾਬ ਚ ਹੀ ਰਜਿਸਟਰਡ ਹੋ ਜਾਣਾ ਚਾਹੀਦਾ ਕਿਵੇਂ ਤੁਸੀਂ ਕਿਸੇ ਨੂੰ ਅੱਤਵਾਦੀ ਜਾਂ ਖਾੜਕੂ ਜਾਂ ਤੁਸੀਂ ਖਾਲਸਤਾਨੀ ਜਾਂ ਤੁਸੀਂ ਬਲਾਤਕਾਰੀ ਕਹਿ ਸਕਦੇ ਮਤਲਬ ਉੱਥੇ ਦੁਨੀਆ ਭਰ ਦੀਆਂ ਔਰਤਾਂ ਆਈਆਂ ਨੇ ਕੁਵਾਰੀਆਂ ਕੁੜੀਆਂ ਵਿਆਹੀਆਂ ਕੁੜੀਆਂ ਪੜਾ ਹੱਥਾਂ ਤੇ ਕਈਆਂ ਦੇ ਮਹਿੰਦੀ ਲੱਗੀ ਹੱਤੀ ਚੂੜੇ ਵੀ ਉਹ ਵੀ ਕੁੜੀਆਂ ਨੇ ਆ ਕੇ ਦੇਖਿਆ ਕਿ ਐਡਾ ਵੱਡਾ ਸੰਘਰਸ਼ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਕਦੇ ਸੰਘਰਸ਼ ਨਹੀਂ ਦੇਖਿਆ ਉਹ ਸੰਘਰਸ਼ ਨਹੀਂ ਸੀ ਇੱਕ ਉਹ ਸਥਾਨ ਬਣ ਗਿਆ ਸੀ ਜਿਹੜੇ ਹਰ ਕੋਈ ਚਾਹੁੰਦਾ ਸੀ ਕਿ ਉਸ ਸਮੇਂ ਸਥਾਨ ਦੇ ਦਰਸ਼ਨ ਕਰਕੇ ਆਵਾਂ ਕਿਉਂਕਿ ਦੇਸ਼ ਦੀ ਲੜਾਈ ਸੀ ਉਹ ਦੇਸ਼ ਦੀ ਨਸਲ ਤੇ ਫਸਲ ਦਾ ਸਵਾਰ ਸੀ ਤੇ ਇਹ ਬੀਬੀ ਨੇ ਮੂੰਹੋਂ ਗਾਂਧੀ ਬੋਲਿਆਗਾ ਉਦੋਂ ਵੀ ਬੀਬੀਆਂ ਬਾਰੇ ਪੰਜਾਬ ਦੀਆਂ ਬੀਬੀਆਂ ਬਾਰੇ ਤੇ ਹੁਣ ਹੁਣ ਇਹਨਾਂ ਨੂੰ ਲੱਗਾ ਭਾਜਪੀ ਆਲੇ ਲੱਗਾ ਇਸੇ ਕਰਕੇ ਤੇ ਉਸ ਬਿਆਨ ਤੋਂ ਨਾਤਾ ਤੋੜ ਲਿਆ ਮੈਨੂੰ ਤੇ ਪੰਜਾਬ ਦੇ ਭਾਜਪੀ ਲੀਡਰਾਂ ਤੇ ਵੀ ਤਰਸ ਆਉਂਦਾ ਹੈਗਾ ਜਾਖੜ ਸਾਹਿਬ ਆਪਣੇ ਆਪ ਨੂੰ ਕਿਸਾਨ ਕਹਿੰਦੇ ਨੇ ਔਰ ਕਿਸਾਨ ਹੈ ਵੀ ਨੇ ਸੋਣੀ ਖੇਤੀ ਕਰਦੇ ਹੈਗੇ ਨੇ ਧਰਮ ਨਿਰਪੱਖ ਆਪਣੇ ਆਪ ਨੂੰ ਲੀਡਰ ਦੱਸਦੇ ਨੇ ਪਤਾ ਨਹੀਂ ਆਊਟ ਆਫ ਸਟੇਸ਼ਨ ਨੇ ਉਹ ਇਸ ਮਸਲੇ ਦੇ ਵਿੱਚ ਬੋਲੇ ਨਹੀਂ ਯਾਰ ਪੰਜਾਬ ਵਾਲੇ ਤਾਂ ਬੋਲੋ ਨਾ ਤਹਾਡੇ ਨਾਲ ਉਹ ਤੇ ਹਿਮਾਚਲ ਵਾਲੇ ਚੰਗੇ ਨਿਕਲੇ ਨਹੀਂ ਉਹਦਾ ਬੀਜਪੀ ਹਿਮਾਚਲ ਵਾਲੇ ਨੇ ਕਿਹਾ ਹੈਗਾ ਕਿ ਜੀ ਇਹ ਅਸੀਂ ਤਾਂ ਪਹਿਲਾਂ ਹੀ ਨਿੰਦਾ ਕਰ ਚੁੱਕੇ ਸਾਡੀ ਹਾਈ ਕਮਾਂਡ ਪਰ ਉਥੇ ਕਿਹਾ ਕਿ ਨਹੀਂ ਇਹਦੇ ਖਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਇਹਨੇ ਬਕਵਾਸ ਕੀਤੀ ਹੈਗੀ ਹੈ ਜਿਹੇ ਔਰ ਬੀਜਪੀ ਨੇ ਵੀ ਕਿਹਾ ਕਿ ਘੱਟੂ ਘੜ ਇਹਨੂੰ ਨਸੀਹਤ ਦਿੱਤੀ ਹੈ ਕਿ ਆਪਣਾ ਮੂੰਹ ਬੰਦ ਰੱਖਿਆ ਕਰੋ ਔਰ ਇਹਨੂੰ ਮੂੰਹ ਬੰਦ ਰੱਖਣ ਦੀ ਲੋੜ ਹੈਗੀ ਆ ਵੀ ਤੂੰ ਐਡੀ ਵੱਡੀ ਹੈ ਨਹੀਂ ਐਡੀ ਜੋਗੀ ਨਹੀਂ ਹੋਈ ਕਿ ਤੂੰ ਟਿੱਪਣੀਆਂ ਕਰ ਲੈ ਤੂੰ ਕਿਵੇਂ ਜਿੱਤੀ ਹੈ ਤੈਨੂੰ ਕਿਵੇਂ ਟਿਕਟ ਮਿਲੀ ਹੈਗੀ ਆ ਉਹ ਸਾਰੀ ਦੁਨੀਆ ਨੂੰ ਪਤਾ ਹੈਗਾ ਔਰ ਪੰਜਾਬ ਦੇ ਇਸ ਕਰਕੇ ਡਰਦੇ ਰਹੇ ਨੇ ਕਿਉਂਕਿ ਇਹਨੂੰ ਟਿਕਟ ਦਿੱਤੀ ਹੈਗੀ ਹੈ ਜੇਪੀ ਨੱਡਾ ਸਾਹਿਬ ਨੇ ਜੇਪੀ ਨੱਡਾ ਹੈਗੇ ਮਾਚਲ ਪ੍ਰਦੇਸ਼ ਤੋਂ ਉਹਨਾਂ ਨੂੰ ਪੰਜਾਬ ਵਾਲੇ ਇਸ ਕਰਕੇ ਡਰ ਗਏ ਕਿ ਜੇ ਅਸੀਂ ਬੀਬੀ ਦੇ ਖਿਲਾਫ ਬੋਲੇ ਕਿਤੇ ਜੇਪੀ ਨੱਡਾ ਸਾਡੇ ਕੋਲ ਜ਼ਿਲ੍ਹਾ ਪ੍ਰਧਾਨੀ ਨਾ ਖੋਲੇ ਬਲਾਕ ਪ੍ਰਧਾਨੀ ਨਾ ਖੋਲੇ ਸੂਬੇ ਦੀ ਕਾਰਜਕਾਰੀ ਮੈਂਬਰ ਵਿੱਚ ਸਾਡਾ ਖਤਰਾ ਪੈ ਜਾਊਗਾ ਉਹ ਤੇ ਡਰਦੇ ਨਹੀਂ ਬੋਲਦੇ ਹੈਗੇ ਪਰ ਪੰਜਾਬ ਦੇ ਬੀਜੇਪੀ ਦੇ ਲੀਡਰ 99% ਆ ਕਦੀ ਵੀ ਇਹਨਾਂ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਹੈਗੀ ਇਹ ਤੇ ਦੇ ਦੇ ਨੇ ਕਿ ਬੀਜੇਪੀ ਨੈਸ਼ਨਲ ਕੀ ਕਹਿੰਦੀ ਹੈਗਾ ਪੰਜਾਬ ਦੇ ਹਿੱਤੇ ਨਾਲ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੁੰਦੀ ਨਾ ਜੇ ਆਮ ਆਦੀ ਪਾਰਟੀ ਕੱਲ ਦੀ ਜੰਮੀ ਹੈਗੀ ਸਰਕਾਰ ਬਣਾ ਕੇ ਬੈਠੇ ਹੈਗੇ ਭਾਵੇਂ বিজেপি ਵੀ ਸਰਕਾਰ ਬਣਾ ਕੇ ਸਕਦੇ ਲੇਕਿਨ ਇਹਨਾਂ ਦਾ ਦਿਲ ਮਿਲਦਾ ਨਹੀਂ ਪੰਜਾਬ ਦੇ ਨਾਲ ਪੰਜਾਬੀ ਹੋਣ ਦੇ ਬਾਵਜੂਦ ਵੀ ਇਹ ਆਪਣੇ ਆਪ ਨੂੰ ਪੰਜਾਬੀਆਂ ਦੇ ਨਾਲ ਮਿਲਦੇ ਨਹੀਂ ਕਿਉਂਕਿ ਇਹ ਕਦੀ ਪੰਜਾਬ ਦੀ ਗੱਲ ਕੀਤੀ ਨਹੀਂ ਸਭ ਤੋਂ ਵੱਡੀ ਗੱਲ ਕੀ ਚੰਡੀਗੜ੍ਹ ਸਿਰਫ ਸਿੱਖਾਂ ਨੂੰ ਚਾਹੀਦਾ ਕੀ ਚੰਡੀ ਪਾਣੀ ਸਿਰਫ ਸਿੱਖਾਂ ਨੇ ਪੀਣਾ ਹੈਗਾ ਪੰਜਾਬ ਦੇ ਮੁਸਲਮਾਨਾਂ ਨੇ ਹਿੰਦੂਆਂ ਨੇ ਇਸਾਈਆਂ ਨੇ ਨਹੀਂ ਪਾਣੀ ਪੀਣਾ ਹੈਗਾ ਗੱਲ ਜਦੋਂ ਕਰਨਗੇ ਐਸ ਵਕਿਲ ਦੀ ਕਹਿੰਗੇ ਹਾਂ ਕਹਿਣ ਕਿ ਪੰਜਾਬ ਪੰਜਾਬ ਦਾ ਐਸ ਵਕਿਲ ਪੰਜਾਬ ਦੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਆਗੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੀ ਹੈ ਹਰਿਆਣਾ ਦਾ ਕੋਈ ਹੱਕ ਨਹੀਂ ਹੈਗਾ ਸਾਨੂੰ ਸਾਡੀ ਚੰਡੀਗੜ੍ਹ ਦੋ ਸਾਡਾ ਵਿਧਾਨ ਸਭਾ ਹਰਿਆਣਾ ਵਕਰੀ ਹਾਈ ਕੋਰਟ ਬਣਾਵੇਂ ਹਰਿਆਣਾ ਵਕਰੀ ਵਿਧਾਨ ਸਭਾ ਨੂੰ ਫਿਰ ਤੁਸੀਂ ਕਹਿੰਦੇ ਕਿ ਅਸੀਂ ਪੰਜਾਬੀਆਂ ਦੇ ਦਿਲ ਜਿੱਤਣਾ ਤੁਸੀਂ ਤਾਂ ਜ਼ਖਮਾਂ ਤੇ ਲੂਣ ਪੋੜਦੇ ਹੋ ਤੁਹਾਨੂੰ ਕਿਵੇਂ ਮਿਲ ਜੂਗਾ ਘੱਟੋ ਘੱਟ ਪੰਜਾਬ ਦੇ ਬੀਜਪੀ ਤੇ ਬੋਲਦੇ ਆਗੇ ਨਾ ਖਿੱਚ ਕੇ ਬੋਲਦੇ ਪ੍ਰੈਸ ਕਾਨਫਰੰਸ ਕਰਦੇ ਉਦਾਂ ਦੇ ਨਿੱਕੀ ਨਿੱਕੀ ਗੱਲ ਤੇ ਪ੍ਰੈਸ ਕਾਨਫਰੰਸ ਕਰਦੇ ਹੋ ਘੱਟੋ ਘੜੇ ਸਮੱਸਲੇ ਦੇ ਵਿੱਚ ਬੋਲਦੇ ਅੱਜ ਉਹ ਬੀਬੀ ਜਿਹੜੀ ਕੈਪਟਨ ਮਿਰਿੰਦਰ ਸਿੰਘ ਦੀ ਕੁੜੀ ਆ ਜੈਂਦਰ ਕੌਰ ਜਿਹੜੀ ਮਹਿਲਾ ਬੀਜੇਪੀ ਦੀ ਪ੍ਰਧਾਨ ਉਹਨੇ ਕਿਸ ਸਮੱਸਲੇ ਦੇ ਵਿੱਚ ਧਰਨਾ ਦਿੱਤਾ ਤੇ ਘੱਟੋ ਘੜੇ ਬੀਬੀ ਜੈਂਦਰ ਕੌਰ ਹੀ ਬੋਲਦੀ ਕਿ ਆਪਣਾ ਮੂੰਹ ਜੰ ਬੰਦ ਕਰੇ ਕੰਗਣਾ ਨੌਦ ਕਿ ਦੇਸ਼ ਦੀਆਂ ਧੀਆਂ ਭੈਣਾਂ ਦੀ ਤੂੰ ਇਹ ਕਹਿ ਰਹੀ ਕਿ ਉੱਥੇ ਬਲਾਤਕਾਰ ਹੁੰਦੇ ਰਹੇ ਨੇ ਕਿਸੇ ਨਹੀਂ ਬੋਲਿਆ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਚੰਗੀ ਗੱਲ ਹੈ ਕਿ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਪਾਰਟੀ ਨੇ ਇਹ ਮੁੱਦਾ ਉਠਾਇਆ ਔਰ ਉੱਥੋਂ ਦੇ ਲੋਕੀ ਵੀ ਹਿਮਾਚਲ ਦੇ ਕਿਸਾਨ ਵੀ ਗਏ ਸੀ ਹਿਮਾਚਲੇ ਕਿਸਾਨ ਇੱਥੇ ਵੀ ਦਿਖੇ ਆ ਗਏ ਨੇ ਸ਼ੰਭੂ ਵੀ ਦੇਖੇ ਨੇ ਸਿੰਘੂ ਵੀ ਦਿਖੇ ਗਾਜੀਪੁਰ ਵੀ ਟਿਕਰੀ ਵੀ ਮੈਨੂੰ ਲੱਗਦਾ ਹੈ ਕਿ ਚੰਗੀ ਗੱਲ ਹੈ ਔਰ ਇਸ ਮਸਲੇ ਦੇ ਵਿੱਚ ਸਾਰਿਆਂ ਨੂੰ ਇਕਜੁੱਟ ਹੋ ਕੇ ਬੋਲਣਾ ਚਾਹੀਦਾ ਔਰ ਮੈਨੂੰ ਲੱਗਦਾ ਹੈ ਕਿ ਜੇ ਚੰਗਾ ਬੰਦਾ ਹੋਵੇ ਨਾ ਉਹਨੂੰ ਤੇ ਇੱਕ ਵਾਰ ਹੀ ਵਰਜਿਆ ਹੋਵੇ ਨਾ ਤੇ ਉਹ ਸੁਧਰ ਜਾਂਦਾ ਹੈਗਾ ਪਰ ਮੈਨੂੰ ਲੱਗਦਾ ਹੈ ਕਿ ਬੀਬੀ ਸੁਧਰਨ ਵਾਲੀ ਨਹੀਂ ਹੈਗੀ ਔਰ ਹਾਲਾਂਕਿ ਲੱਗਦਾ ਹੈ ਸੀ ਕਿ ਜਦੋਂ ਇਹਦੇ 에어ਪੋਰਟ ਦੇ ਵਿੱਚ ਇਹਨੇ ਉਸ ਕੁੜੀ ਦੇ ਨਾਲ ਬਤਮੀਜ਼ੀ ਹੋਈ ਆ ਉਹ ਇਨਵੈਸਟੀਗੇਸ਼ਨ ਹੋ ਰਹੀ ਜਾਂਚ ਰੁਕੀ ਪਈ ਆ ਤੇ ਤਾਂ ਹੀ ਉਹਨੂੰ ਕੁੜੀ ਨੂੰ ਹੱਥ ਚੁੱਕਣਾ ਹੋਇਆ ਹੋਊਗਾ ਕਿਉਂਕਿ ਇਹਨੇ ਤੇ ਕੰਪਲੀਟ ਦਿੱਤੀ ਨਹੀਂ ਹੈਗੀ ਉਹ ਪੁਲਿਸ ਵਾਲਿਆਂ ਦੀ ਕੰਪਲੇਂਟ ਤੇ ਮਕਦਮਾ ਅੰਦਰ ਜੋ ਆ ਤੋ ਕੁੜੀ ਨੇ ਵੀ ਨਹੀਂ ਕਿਹਾ ਹੈਨਾ ਉਹ ਇੱਕ ਪਰਦਾ ਵਾ ਪਾ ਗਿਆਗਾ ਪਰ ਉਹਨੂੰ ਲੱਗਦਾ ਹੈ ਕਿ ਬੀਬੀ ਨੂੰ ਅਕਲ ਆ ਗਈ ਹੋਊਗੀ ਕਾਸ਼ ਇਹ ਜਿਹੜੀ ਕੁਲਵਿੰਦਰ ਕੌਰ ਕੁੜੀ ਤੋਂ ਪਹਿਲਾਂ ਉਹਦੀ ਮਾਂ ਨੇ ਉਸ ਦਿਨ ਇਹਦੇ ਚਾਰ ਗੱਲਾਂ ਤੇ ਮਾਰੀਆਂ ਹੁੰਦੀਆਂ ਤੇ ਫਿਰ ਕਦੀ ਵੀ ਉਸ ਤੋਂ ਬਾਅਦ ਟਿੱਪਣੀ ਨਹੀਂ ਕਰਦੇ ਜਦ ਇਹਨੇ ਉਥੇ ਦਿੱਲੀ ਬੈਠੀਆਂ ਬੀਬੀਆਂ ਬਾਰੇ ਨੇ ਗਲਤ ਬੋਲਿਆ ਸੀ ਕਿਉਂਕਿ ਤੁਹਾਡਾ ਤੁਸੀਂ ਟੁੱਟੇ ਛਿੱਤਰ ਵਾਂਗੂ ਵੱਧਦੇ ਜਾਂਦੇ ਹੋ ਜਦੋਂ ਇੱਕ ਟਿੱਪਣੀ ਦਿੰਦੇ ਤੁਹਾਨੂੰ ਕੋਈ ਨਹੀਂ ਰੋਕਦਾ ਫਿਰ ਤੁਸੀਂ ਦੂਜੀ ਟਿੱਪਣੀ ਮਤਲਬ ਤੁਹਾਡੀਆਂ ਬਤਮੀਜੀ ਦੀਆਂ ਜਿਹੜੀਆਂ ਹਰਕਤਾਂ ਵੱਧਦੀਆਂ ਜਾਂਦੀਆਂ ਨੇ ਇਹ ਤਾਂ ਉਦੋਂ ਹੀ ਮਾਪਿਆਂ ਨੂੰ ਰੁਕਣਾ ਚਾਹੀਦਾ ਸੀ ਬੀਜੇਪੀ ਨੂੰ ਰੁਕਣਾ ਚਾਹੀਦਾ ਸੀ ਲੇਕਿਨ ਬੀਜੇਪੀ ਵਾਲਿਆਂ ਨੇ ਇਹਨੂੰ ਨਾਮ ਦਿੱਤਾ ਟਿੱਕਟ ਦੇ ਰੂਪ ਦੇ ਵਿੱਚ ਤੇ ਹੁਣ ਬੀਜੇਪੀ ਵਾਲਿਆਂ ਨੂੰ ਕੀਤੀ ਗਲਤੀ ਦਾ ਪਛਤਾਵਾ ਕਰਨਾ ਪਿਆ ਨਾ ਹੁਣ ਕਹਿੰਦੇ ਕਿ ਇਹੋ ਜੀਆਂ ਟਿੱਪਣੀਆਂ ਦਵੇ ਅਨ ਅਥੋਰਾਈਜ਼ ਆ ਇਹ ਅਥੋਰਾਈਜ਼ ਸਾਡੀ ਬਲਾਰਾ ਨਹੀਂ ਐ ਇਦਾਂ ਹੀ ਕਰਦੀਆਂ ਸਾਰੀਆਂ ਪਾਰਟੀਆਂ ਵੀ ਸਾਡਾ ਪਾਰਟੀ ਦਾ ਲੈਣਾ ਦੇਣਾ ਚਲੋ ਚੰਗੀ ਗੱਲ ਕਿ ਜੇ ਬੀਬੀ ਨੂੰ ਅਕਲ ਆ ਜਾਏ ਤੇ ਚੰਗੀ ਗੱਲ ਉਹਦੀ ਸਿਹਤ ਵੀ ਠੀਕ ਕਰੋਗੀ ਇਹ ਅਗਲਾ ਮਸਲਾ ਜਿਹੜਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂਕਿ ਪਹਿਲਾਂ ਬੜਾ ਇਹਦੇ ਉੱਤੇ ਵਿਵਾਦ ਵੀ ਚੱਲਿਆ ਬਾਅਦ ਚ ਝਾੜ ਚੰਬ ਹੋਈ ਚਿੱਠੀਆਂ ਆਈਆਂ ਫਿਰ ਕਾਰਵਾਈ ਦਿਖਣ ਲੱਗੀ ਪਿੰਡਾਂ ਚ ਸ਼ਹਿਰਾਂ ਵਿੱਚ ਕਿ ਜ਼ਮੀਨਾਂ ਐਕਵਾਇਰ ਕੀਤੀਆਂ ਨੇ ਜਿਹੜੀਆਂ ਉਹਨਾਂ ਦੇ ਕਬਜ਼ੇ ਛਡਾਏ ਜਾਣਗੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਵਾਲ ਦੇ ਜਵਾਬ ਵਿੱਚ ਦਿੱਤਾ ਹੈ ਬਿਆਨ ਉਹ ਬਿਆਨ ਮਾਇਨੇ ਬੜਾ ਰੱਖਦਾ ਕਿਉਂਕਿ ਉਹ ਕਹਿੰਦੇ ਆ ਕਿ ਕਾਨੂੰਨ ਵਿਵਸਥਾ ਦੀ ਜਿਹੜੀ ਗੱਲ ਆਖੀ ਜਾ ਰਹੀ ਹੈ ਬਿਲਕੁਲ ਠੀਕ ਹੈ ਪੰਜਾਬ ਦੇ ਅੰਦਰ ਇਹ ਜੀ ਕੋਈ ਗੱਲ ਨਹੀਂ ਔਰ ਜਿਹੜਾ ਆ ਰੋਕ ਰਹੀ ਨੇ ਫਾਂ ਜਾਂ ਜ਼ਮੀਨਾਂ ਦੇ ਕਬਜ਼ੇ ਚੜਾਉਣ ਦੀ ਕਾਰਵਾਈ ਨਿਰੰਤਰ ਚੱਲ ਰਹੀ ਹੈ ਔਰ ਅਸੀਂ ਅੱਗੇ ਸਾਰਾ ਕੰਮ ਮੁਕੰਮਲ ਕਰਾਂਗੇ ਪਰ ਕੇਂਦਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਨਾਂ ਭਾਵੇਂ ਕੇਂਦਰ ਹਾਂ ਬਿਲਕੁਲ ਇਸ ਮਸਲੇ ਦੇ ਵਿੱਚ ਕਿਉਂਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਤਿੰਨ ਚਾਰ ਮਸਲਿਆਂ ਤੇ ਗੱਲਬਾਤ ਕੀਤੀ ਕਿ ਤੇ ਕੰਗੜਾ ਨੌ ਤੋਂ ਲੈ ਕੇ ਵੀ ਕਿ ਬੀਬੀ ਮੂੰਹ ਬੰਦਰ ਕਰਿਆ ਕਰ ਉਹ ਆਪਣੇ ਮੰਡੀ ਵੇਖੇ ਕਿਉਂਕਿ ਮੰਡੀ ਦੇ ਲੋਕਾਂ ਨੇ ਜਿਤਾਇਆਗਾ ਤੂੰ ਮੰਡੀ ਤੇ ਫੋਕਸ ਕਰ ਕਿ ਮੰਡੀ ਦੀ ਤਰੱਕੀ ਕਿਵੇਂ ਕਰਨੀ ਹੈਗੀ ਨਾ ਪੇ ਹੋਈ ਕਿਉਂ ਨਹੀਂ ਆ ਗਈ ਜਾਂ ਕੀ ਤੂੰ ਨਵਾਂ ਕਰ ਸਕਦੀ ਹੈਗੀਆਂ ਤੂੰ ਉਸ ਤੇ ਫੋਕਸ ਕਰ ਤੂੰ ਆਪਣੇ ਸਿਰ ਤੇ ਪੂਰੇ ਭਾਰਤ ਦਾ ਠੇਕਾ ਚੁੱਕੀ ਤੋਰੀ ਫਿਰਦੀ ਹੈਗੀਆਂ ਹੈਨਾ ਇਸ ਕਰਕੇ ਉਹਨਾਂ ਮੁੱਖ ਮੰਤਰੀ ਨੇ ਵੀ ਕਿਹਾਗਾ ਦੂਜੀ ਗੱਲ ਹੈ ਸਭ ਤੋਂ ਵੱਡੀ ਜਿਹੜਾ ਤੁਸੀਂ ਕਹਰੇ ਕਿ ਬਹੁਤ ਵੱਡਾ ਇਸ਼ੂ ਆ ਉਸ ਇਸ਼ੂ ਨੂੰ ਸਰਕਾਰ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਹੈਗਾ ਕਾਨੂੰਨ ਵਿਵਸਥਾ ਦੇ ਨਾਲ ਵੀ ਮਸਲਾ ਵਾ ਔਰ ਪੰਜਾਬ ਦੀ ਤਰੱਕੀ ਦੇ ਨਾਲ ਵੀ ਮਸਾ ਹੈਗਾ ਪੰਜਾਬ ਦੀ ਤਰੱਕੀ ਤਾਂ ਹੀ ਹੋਏਗੀ ਜੇ ਕਾਨੂੰਨ ਮਸਲਾ ਠੀਕ ਹੋਏਗਾ ਪੰਜਾਬ ਦੇ ਮੁਖ ਸਕੱਤਰ ਨੂੰ ਦੋ ਵਾਰਾਂ ਤਿੰਨ ਵਾਰਾਂ ਚਿੱਠੀ ਲਿਖਣੀ ਪਈ ਆ ਪੰਜਾਬ ਦੇ ਡੀਜੀਪੀ ਗੌਰਵ ਜაძੇ ਨੂੰ ਅੱਜ ਉਹਨਾਂ ਨੇ ਮੀਟਿੰਗ ਵੀ ਕੀਤੀ ਆ ਕਿਉਂਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਮੀਟਿੰਗ ਕੀਤੀ ਐਨਐਚਆਈ ਦੇ ਪ੍ਰੋਜੈਕਟਾਂ ਨੂੰ ਲੈ ਕੇ ਇਸ ਕਰਕੇ ਇਹ ਬਹੁਤ ਸੀਰੀਅਸ ਮਸਲਾ ਪਹਿਲਾਂ ਨਿਤਨ ਗੜਗੜੀ ਸਾਹਿਬ ਦੀ ਚਿੱਠੀ ਆਉਣੀ ਬੜੇ ਸਖਤ ਲੈਜ ਵਿੱਚ ਆਉਣੀ ਫਿਰ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਇਸ ਤੇ ਗੱਲਬਾਤ ਕਰਨੀ ਕਿਉਂਕਿ ਪੂਰਾ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਆ ਉਹਨਾਂ ਨੇ ਪ੍ਰੋਗਰੈਸ ਲੈ ਕੇ ਕਿ ਕੀ ਕੁਝ ਕਿਤੇ ਆ ਤੇ ਸਾਡੇ ਤੇ ਜ਼ਮੀਨ ਨਹੀਂ ਰਿਕੁਆਇਰ ਹੋਈ ਉਹ ਤੇ ਕਹਿੰਦੇ ਕਿ ਅਸੀਂ ਸਾਡਾ 4400 ਕਰੋੜ ਰੁਪਏ ਅਸੀਂ ਦਿੱਤਾ ਹੋਇਆ ਪੰਜਾਬ ਨੂੰ ਉਹ 4400 ਕਰੋੜ ਰੁਪਏ ਕੀ ਕਿਸਾਨਾਂ ਨੂੰ ਮਿਲਿਆ ਕਿ ਨਹੀਂ ਮਿਲਿਆਗਾ ਜਾਂ ਕੀ ਕਬਜ਼ਾ ਜਿਵੇਂ ਉਹਨੇ NHAI ਨੇ ਕਬਜ਼ਾ ਲਿਆ ਕਿ ਨਹੀਂ ਲਿਆ ਜਾਇ ਨੇ ਕਿ ਸਰਕਾਰ ਨੇ ਮਾਪਜਾ ਵੀ ਦਿੱਤਾ ਉਹਨਾਂ ਨੇ ਉੱਥੇ ਕੰਮ ਨਹੀਂ ਸ਼ੁਰੂ ਕੀਤਾ ਫਿਰ ਕਿਸਾਨਾਂ ਨੂੰ ਤੇ ਕਣਕ ਝੋਨਾ ਬੀਜ ਦਿੱਤਾਗਾ ਇਹ ਵੀ ਇੱਕ ਇਸ਼ੂ ਆ ਪਰ ਇਹ ਬੜਾ ਸੀਰੀਅਸ ਮਸਲਾ ਮਿਲ ਗਿਆ ਅੱਜ ਵੀ ਤੇ ਦੇਖੋ ਮਲੇਰ ਕੋਟਲਾ ਹੋਈ ਆ ਕਿਸਾਨ ਫਿਰ ਉਹ ਕਬਜ਼ਾ ਕਰਨਾ ਚਾਹੁੰਦੇ ਸੀ ਉਹ ਤੇ ਫਿਰ ਐਸਐਸਪੀ ਅੱਗੇ ਗਗਨਜੀਤ ਸਿੰਘ ਜਿਹੜੇ 올ੰਪੀਨ ਹਾਕੀ ਪਲੇਅਰ ਆਗੇ ਨੇ ਜਿਨ੍ਹਾਂ ਨੇ ਦੇਸ਼ ਦੀ ਅਗਵਾਈ ਕੀਤੀ ਆ ਉਹ ਪਹਿਲੀ ਦਫਾ ਐਸਐਸਪੀ ਲੱਗੇ ਆਗੇ ਨੇ ਮਲੇਰ ਕੋਟਲਾ ਚੰਗੀ ਗੱਲ ਹੈ ਕਿ ਵੀ ਇੱਕ ਖਿਡਾਰੀ ਨੂੰ ਐਸਐਸਪੀ ਲਾਇਆ ਗਿਆ ਹੈਗਾ ਉਹ ਗੱਡੀ ਦੇ ਅੱਗੇ ਕਿਸਾਨਾਂ ਨੇ ਕਿ ਮੇਰੇ ਉੱਪਰ ਚੜਾ ਦਿਓ ਮਤਲਬ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਪਹਿਲੀ ਗੱਲ ਮਾਫਜਾ ਕਿੰਨਾ ਫਿਕਸ ਕੀਤਾ ਗਿਆ ਕੀ ਉਹ ਮਿਲਿਆਗਾ ਜਾਂ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਹਰ ਡਿਸਟ੍ਰਿਕਟ ਦੀ ਆਪਣੀ ਇੱਕ ਵੈਲਿਊ ਹੁੰਦੀ ਆ ਜੋ ਲੁਧਿਆਣੇ ਦੀ ਵੈਲਿਊ ਹੋ ਸਕਦੀ ਜੋ ਪਟਿਆਲੇ ਦੀ ਮਲੇਰਕੋਟਲਾ ਦੀ ਹੋ ਸਕਦੀ ਲੁਧਿਆਣੇ 'ਚ ਸ਼ਾਇਦ ਕਲੈਕਟਰ ਰੇਟਰ ਹੋਰ ਹੋਵੇ ਜਾਂ ਮਲੇਰਕੋਟਲਾ ਦੇ ਵਿੱਚ ਹੋਰ ਹੋਵੇ ਪਰ ਜਿਹੜਾ ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਹਿੰਦੇ ਮਸਲਾ ਕਾਨੂੰਨ ਵਿਵਸਥਾ ਦਾ ਨਹੀਂ ਹੈ ਮਸਲਾ ਚੰਗੇ ਭਾਅ ਮਿਲਣ ਦਾ ਹੈ ਕਹਿੰਦੇ ਪੰਜਾਬ ਦੀ ਜ਼ਮੀਨ ਦਾ ਜਿਹੜੀ ਉਪਜਾਅ ਬਹੁਤ ਹੈ ਇਸ ਕਰਕੇ ਬਾਹਰਲੇ ਸੂਬਿਆਂ ਨਾਲ ਉਹਦਾ ਮੁਕਾਬਲਾ ਨਾ ਕਰੋ ਇੱਥੇ ਜਿਹੜੇ ਭਾਅ ਕਿਸਾਨਾਂ ਨੂੰ ਚਾਹੀਦੇ ਉਹ ਦਿੱਤੇ ਜਾਣੇ ਚਾਹੀਦੇ ਤੇ ਫਿਰ ਪੰਜਾਬ ਸਰਕਾਰ ਕਹਦੇ ਕਿ ਸਾਡੇ ਦੀ ਇੱਥੇ ਰੋਡ ਨਾ ਕੱਢੇ ਜਾਣ ਪਾਲਿਸੀਆਂ ਯਾਰ ਸਟੇਟ ਵਾਈਜ਼ ਨਹੀਂ ਬਣਦੀਆਂ ਪਾਲਿਸੀਆਂ ਨੈਸ਼ਨਲ ਲੈਵਲ ਤੇ ਹੀ ਬਣਦੀਆਂ ਜਾਂ ਤੇ ਪੰਜਾਬ ਸਰਕਾਰ ਕਹਦੇ ਕਿ ਸਾਡੇ ਤੋਂ ਰੋਡਸ ਅਸੀਂ ਨਹੀਂ ਨਾ ਕੱਢ ਸਕਦੇ ਮਤਲਬ ਇਦਾਂ ਨਹੀਂ ਨਾ ਹੋ ਸਕਦਾ ਇਹ ਇੱਕ ਪਬਲਿਕ ਪ੍ਰੋਜੈਕਟ ਨੇ ਆਉਣ ਵਾਲੇ ਸਮੇਂ ਤੇ ਲੋਕਾਂ ਨੂੰ ਇਹਦਾ ਬਹੁਤ ਫਾਇਦਾ ਹੋਣਾ ਵਾ ਤੇ ਸੰਵਧਾਨ ਦੇ ਵਿੱਚ ਅਸੀਂ ਪਬਲਿਕ ਪ੍ਰੋਜੈਕਟਾਂ ਨੂੰ ਨਹੀਂ ਰੋਕ ਸਕਦੇ ਰਹੀ ਗੱਲ ਹੈ ਕਿ ਤੁਹਾਨੂੰ ਮੁਆਫੀ ਆ ਮਿਲਦਾ ਕਿ ਨਹੀਂ ਮਿਲਦਾ ਕਿੰਨਾ ਮਿਲਦਾ ਕਿੰਨਾ ਫਿਕਸ ਕੀਤਾ ਗਿਆ ਜੇ ਦੇ ਫਿਕਸ ਕੀਤਾ ਗਿਆ ਜੇ ਤਾਂ ਉਸ ਤੋਂ ਘੱਟ ਮਿਲਦਾ ਭਾਰਤ ਸਰਕਾਰ ਦੋਸ਼ੀ ਆ ਜਾਂ ਫਿਰ ਕਿਸਾਨ ਦੋਸ਼ੀ ਹੈ ਕਿ ਨਹੀਂ ਮੰਨ ਕੇ ਕਿ ਸਾਡੇ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਮੁੱਲ ਜ਼ਿਆਦਾ ਨਾ ਇੰਦਾਂ ਦੇ ਇੱਥੇ ਮਜ਼ਦੂਰ ਦੀ ਦਿਹਾੜੀ ਅੱਜ ਕੱਲ ਜਿਹੜਾ ਰਾਜ ਮਿਸਤਰੀ ਦੇ ਪਿੱਛੇ 600 ਰੁਪਇਆ ਲੈਂਦਾ ਯੂਪੀ ਬਿਹਾਰ ਦੇ ਵਿੱਚ 250 ਰੁਪਇਆ ਫਿਰ ਯੂਪੀ ਬਿਹਾਰ ਦੇ ਲੋਕਾਂ ਨੂੰ ਪੰਜਾਬ ਚ ਆ ਕੇ ਧੱਕੇ ਤੁਹਾਡੇ ਕਿਉਂ ਖਾਣੇ ਪੈਣਾ ਇਹ ਮੈਨੂੰ ਲੱਗਦਾ ਕਿ ਦਲੀਲ ਵਾਜਬ ਨਹੀਂ ਹੈ ਕਿ ਪੰਜਾਬ ਇਹਦੇ ਚ ਕੋਈ ਸ਼ੈ ਨਹੀਂ ਪੰਜਾਬ ਦੀਆਂ ਜ਼ਮੀਨਾਂ ਬਹੁਤ ਮਹਿੰਗੀਆਂ ਨੇ ਜਿੰਨੀ ਪੰਜਾਬ ਦੇ ਵਿੱਚ ਜ਼ਮੀਨਾਂ ਨੂੰ ਅੱਗ ਲੱਗੀ ਹੋਈ ਆ ਪਿੱਛੇ ਜੇ ਆਪਾਂ ਕੀਤਾ ਨਾ ਕਿ ਚੰਡੀਗੜ੍ਹ ਦੇ 10 ਕਨਾਲ ਦੀ ਕੋਠੀ ਮਤਲਬ ਸਵਾ ਕੀ ਕਿਲੇ ਦੇ ਵਿੱਚ ਕੋਠੀ ਆ 200 ਕਰੋੜ ਰੁਪਏ ਤੇ ਲੱਗ ਗਈ ਹੈਗੀਆ ਜੇ ਕਿਤੇ ਕਿਸੇ ਨੇ ਪਟਿਆਲੇ ਜਾਂ ਲੁਧਿਆਣੇ ਵਰਗੇ ਵਿਚ 2 ਬੀ ਐਚ ਕੇ ਫਲੈਟ ਲੈਣਾ ਹੈਗਾ 35-40 ਲੱਖ ਰੁਪਏ ਤੋਂ ਪੰਜਾਬ ਦੇ ਵਿੱਚ ਮਹਿੰਗਾਈ ਆ ਪੰਜਾਬ ਦੇ ਵਿੱਚ ਜ਼ਮੀਨਾਂ ਅਸਮਾਨੀ ਛੂਆਂ ਉਹਦੇ ਵਿੱਚ ਸਰਕਾਰ ਦੋਸ਼ੀ ਆ ਹਮ ਸਰਕਾਰ ਜਦ ਆਪਣਾ ਹੀ ਜਿਹੜਾ ਰੇਟ ਆ ਜਿਹੜੇ ਗਮਾਡਾ ਵਾ ਉਹਨਾਂ ਪਿੱਛੇ ਜੇ ਨਿਊ ਚੰਡੀਗੜ੍ਹ ਦੇ ਵਿੱਚ ਕੱਢੇ ਨੇ ਪਲਾਟ ਉਹ 25 ਕੇ 27000 ਰੁਪਏ ਗੱਜ ਰੇਟ ਕੱਢੇ ਤੇ ਫਿਰ ਪ੍ਰਾਈਵੇਟ ਦੇ 40000 ਗੱਜ ਕੱਢੂਗਾ ਰੇਟ ਕਿਉਂਕਿ ਸਰਕਾਰ ਆਪ ਮੁਨਾਫਾ ਕਰ ਰਹੀ ਹੈਗੀ ਹੈ ਜਿਸ ਤਿੱਦੀ ਜੇ ਐਡੇ ਭਾਅ ਨਹੀਂ ਹੋਣੇ ਚਾਹੀਦੇ ਕਿ ਲੋਕਾਂ ਦੀ ਆ ਆਪਣੇ ਕਹਿੰਦੇ ਨੇ ਕਿ ਪਹੁੰਚ ਤੋਂ ਹੀ ਦੂਰ ਹੋ ਜਾਣ ਪੰਜਾਬ ਵਿੱਚ ਪਹੁੰਚ ਤੋਂ ਦੂਰ ਘਰ ਹੋ ਗਏ ਨੇ ਪਹੁੰਚ ਤੋਂ ਦੂ ਜਮੀਨਾਂ ਹੋ ਗਈਆਂ ਨੇ ਇਸ ਕਰਕੇ ਇਹ ਸਵਾਲ ਸਭ ਤੋਂ ਵੱਡਾ ਹੈਗਾ ਇਸ ਮਸਲੇ 'ਚ ਸਰਕਾਰ ਨੂੰ ਸੀਰੀਅਸ ਹੋਣਾ ਪੈਣਾ ਵਾ ਅਜਿਹਾ ਨਹੀਂ ਫਿਰ ਪ੍ਰੋਜੈਕਟ ਰੁਕ ਜਾਣਗੇ ਫਿਰ ਸਰਕਾਰ ਨ ਕੀ ਹੈ ਉਹ ਅਜਿਹਾ ਰੂਟ ਬਣਾਉਂਗੇ ਕਿ ਉਹ ਪਹਿਲਾ ਜੰਮੂ ਕਸ਼ਮੀਰ ਤੋਂ ਕੱਢ ਕੇ ਫਿਰ ਹਿਮਾਚਲ ਜ ਲੈਣੇ ਹਿਮਾਚਲ ਤੋਂ ਹਰਿਆਣਾ ਲੈ ਆਉਣਗੇ ਉਹ ਤੇ ਕੱਢਣਾ ਹੀ ਆ ਪਰ ਇਦਾਂ ਨਹੀਂ ਹੋਣਾ ਚਾਹੀਦਾ ਹੈਗਾ ਇਸ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵਿਚੋਲਗੀ ਕਰਨੀ ਚਾਹੀਦੀ ਹੈਗਾ ਕਿਸਾਨਾਂ ਨੂੰ ਵੀ ਮਨਾਉਣਾ ਚਾਹੀਦਾ ਹੈਗਾ ਕਿ ਗੱਲ ਤੇ ਬੈਠਿਆ ਜਦ ਤੁਸੀਂ ਟੇਬਲ ਤੇ ਬੈਠੋਗੇ ਹੀ ਨਹੀਂ ਤੋ ਗੱਲ ਨਹੀਂ ਬਣੇਗੀ ਤੇ ਆਪਾਂ ਇਹ ਕਹਦੇ ਕਿ ਜ਼ਮੀਨ ਜਿਹੜੀ ਉਪਜਾਉ ਹਰ ਸਟੇਟ ਦੀ ਉਪਜਾਉ ਜ਼ਮੀਨ ਹੈ ਹਰਿਆਣਾ ਦੀ ਬਹੁਤ ਉਪਜਾਉ ਜ਼ਮੀਨ ਹੈ ਕਦੀ ਸੁਣਿਆ ਸੀ ਕਿ ਛੱਤੀਸਗੜ ਵਿੱਚ ਬਾਸਪਤੀ ਮੱਧ ਪ੍ਰਦੇਸ਼ ਦੇ ਵਿੱਚ ਕਾਨਕ ਹੂੰ ਕਦੀ ਤਰਾਈ ਦੇ ਏਰੀਆ ਚ ਕਿੰਡੀ ਵਧੀਆ ਫਸਲ ਹੋ ਰਹੀ ਆ ਹਰ ਸਟੇਟ ਦੀ ਜ਼ਮੀਨ ਉਪਜਾਉਗੇ ਸਾਡੀ ਤੇ ਜ਼ਮੀਨ ਨਸ਼ੇੜੀ ਬਣਾ ਦਿੱਤੀ ਹੈਗੀ ਆ ਲੋਕਾਂ ਦਾ ਢਿੱਡ ਭਰਦੇ ਪਰਦੇ ਸਾਡੀ ਜਵਾਨੀ ਵੀ ਨਸ਼ੇੜੀ ਸਾਡੀ ਧਰਤੀ ਮਾਂ ਵੀ ਨਸ਼ੇੜੀ ਹੋ ਗਿਆ ਸਾਨੂੰ ਕਾਹਦਾ ਮਾਣ ਹੈਗਾ ਨਾ ਸਾਨੂੰ ਆਪਣੀ ਜਵਾਨੀ ਤੇ ਮਾਣ ਰਹਿ ਗਿਆ ਨਾ ਸਾਨੂੰ ਤਾਂ ਆਪਣੀ ਧਰਤੀ ਮਾਂ ਤੇ ਮਾਣ ਰਹਿ ਗਿਆ ਤੁਸੀਂ ਕਾਨਕ ਚੋਂ ਨਾ ਤਾਂ ਹੀ ਹੋਊਗਾ ਜੇ ਉਥੇ ਇੰਨੀਆਂ ਦਵਾਈਆਂ ਪਾਉਣੀਆਂ ਪੈਂਦੀਆਂ ਫਰਟੀਲਾਈਜ਼ਰ ਪਾਉਣੀਆਂ ਪੈਂਦੀਆਂ ਇੰਨੀਆਂ ਖਾਦਾਂ ਪਾਉਣੀਆਂ ਪੈਂਦੀਆਂ ਮੈਨੂੰ ਲੱਗਦਾ ਇੱਕ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਸੰਜੀਦਗੀ ਦੇ ਨਾਲ ਲੈਣਾ ਚਾਹੀਦਾ ਹੈਗਾ ਔਰ ਇਸ ਮਸਲੇ ਦੇ ਵਿੱਚ ਹੋ ਸਕੇ ਤੇ ਮੁੱਖ ਮੰਤਰੀ ਸਾਹਿਬ ਨੂੰ ਦੇਸ਼ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਜਾਂ ਦੇਸ਼ ਦੇ ਜਿਹੜੇ ਨਿਤਨ ਗੜਗੀ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈਗੀ ਆ ਔਰ ਕਿ ਕਿ ਪੰਜਾਬ ਜੇ ਪੰਜਾਬ ਜੋ ਭਾਰਤ ਮਾਲ ਪ੍ਰੋਜੈਕਟ ਨਿਕਲਦੇ ਜਾਂ ਅੱਠ ਪ੍ਰੋਜੈਕਟ ਨੇ ਕੋਈ 14190 ਕਰੋੜ ਦਾ ਜੋ 13190 ਕਰੋੜ ਦੇ ਜਿਹੜੇ ਪ੍ਰੋਜੈਕਟ ਆ ਉਹਦੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਨਿਕਲ ਪੰਜਾਬ ਚ ਇਕੱਲੇ ਜੀ ਨਿਕਲ ਨੇ ਹੈਗੇ ਉਹਦੇ ਨਾਲ ਜਦੋਂ ਕਨੈਕਟੀਵਿਟੀ ਵਧਦੀ ਹੈਗੀ ਆ ਉਹਦੇ ਨਾਲ ਆਰਥਿਕ ਵਾਧਾ ਵੀ ਆਰਥਿਕ ਜਿਹੜੇ ਹਾਲਾਤ ਨੇ ਉਹ ਵੀ ਸੁਧਰਦੇ ਨੇ ਇਨਕਮ ਦੇ ਵਿੱਚ ਇਜ਼ਾਫਾ ਹੁੰਦਾ ਨੇ ਉਹਨਾਂ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਕੰਮ ਕਰਨਾ ਚਾਹੀਦਾ ਜੇ ਸਾਡੇ ਸੂਬੇ ਦੇ ਵਿੱਚ ਰੇਲ ਕਨੈਕਟੀਵਿਟੀ ਨਹੀਂ ਹੋਏਗੀ 에ਅਰ ਕਨੈਕਟੀਵਿਟੀ ਨਹੀਂ ਹੋਏਗੀ ਰੂਡ ਨੈਟਵਰਕ ਨਹੀਂ ਹੋਏਗਾ ਜੇ ਸਾਡੇ ਕੋਲ ਨਹਿਰੀ ਸਿਸਟਮ ਨਹੀਂ ਹੋਊਗਾ ਤੇ ਫਿਰ ਅਸੀਂ ਕਰਾਂਗੇ ਕੀ ਫਿਰ ਕਰੇਗਾ ਕਿ ਪੰਜਾਬ ਦੇ ਵਿੱਚ ਸਿਰਫ ਖੇਤੀ ਦੇ ਆਧਾਰ ਤੇ ਡਿਵੈਲਪ ਨਹੀਂ ਹੋ ਸਕਦੇ ਸੋਸ਼ਲ ਸੈਕਟਰ ਦੇ ਇਕੱਲੇ ਲੈ ਕੇ ਵੀ ਅਸੀਂ ਨਹੀਂ ਅੱਗੇ ਜਾ ਸਕਦੇ ਅਸੀਂ ਇੰਡਸਟਰੀ ਇਕੱਲੀ ਲੈ ਕੇ ਵੀ ਅੱਗੇ ਨਹੀਂ ਜਾ ਸਕਦੇ ਨਾ ਸਾਨੂੰ ਤਾਂ ਸਾਰਾ ਇੱਕ ਜਿਹੜਾ ਆ ਆਤਮ ਨਿਰਭਰ ਜੇ ਬੰਨਾ ਪੰਜਾਬ ਨੇ ਉਹ ਸਾਨੂੰ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਈ ਗੱਲ ਕਰਨੀ ਚਾਹੀਦੀ ਹੈਗੀ ਆ ਔਰ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਫਿਰ ਸੰਜੀਦਗੀ ਦੀ ਨਾਲ ਗੱਲ ਕਰਨੀ ਚਾਹੀਦੀ ਹੈਗੀ ਔਰ ਜਿੱਥੇ ਟੁਕੜੇ ਰਹਿ ਗਏ ਨੇ ਉਹ ਤੇ ਕਿਸਾਨਾਂ ਨੂੰ ਮਨਾ ਲੈਣਾ ਚਾਹੀਦਾ ਹਮ ਕਿਸਾਨ ਕਿਹੜੇ ਵੀ ਦੂਜੇ ਕਿਤੇ ਕੰਟਰੀ ਚੋਂ ਆਏ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਹੈਗਾ ਔਰ ਸਰਕਾਰ ਨੂੰ ਜਿਹੜੇ ਭਾਵੇਂ ਸਰਕਾਰ ਨੂੰ ਪਾਲਿਸੀ ਜਿਹੜੀ ਹੈਗੀ ਹੈ ਪਾਲਿਸੀ ਜਿਹੜੀ ਜਾਂ ਪੰਜਾਬ ਦੀ ਖੇਤੀਬਾੜੀ ਪਾਲਿਸੀ ਜਾਂ ਜਿਹੜੀ ਅਕੁਇਜੀਸ਼ਨ ਪਾਲਿਸੀ ਹੁੰਦੀ ਹੈ ਜ਼ਮੀਨ ਅਕਵਾਇਰ ਕਰਨ ਵਾਲੀ ਜਿਹੜੀ ਪਾਲਿਸੀ ਆ ਉਹਨੂੰ ਧਿਆਨ ਵਿੱਚ ਰੱਖਦੇ ਹੋ ਕਿਸਾਨਾਂ ਨੂੰ ਜਿਹੜਾ ਮਾਫਜਾ ਮਿਲਣਾ ਚਾਹੀਦਾ ਹੈਗਾ ਔਰ ਦੂਜਾ ਇਹ ਦੇਖਦੇ ਆਂਗੇ ਜਦੋਂ ਆ ਨਿਤ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਜਿਹੜੀ ਮੀਟਿੰਗ ਉਹਦੇ ਵਿੱਚ ਕੀ ਬਾਹਰ ਨਿਕਲ ਕੇ ਆਉਂਦਾ ਉਹ ਕੀ ਲੈਸਨ ਦਿੰਦੇ ਨੇ ਪੰਜਾਬ ਨੂੰ ਕਿਉਂਕਿ ਜਦੋਂ ਇੱਕ ਵਾਰ ਪ੍ਰੋਜੈਕਟ ਰੁਕ ਗਿਆ ਇਹ ਜਿਹੜਾ ਪ੍ਰੋਜੈਕਟ ਅਗਰ ਭਾਰਤ ਮਾਲਾ ਪ੍ਰੋਜੈਕਟ ਜਾਂ ਜੰਮੂ ਕਾਟਰਾ ਐਕਸਪ੍ਰੈਸ ਵੀ ਵਾਲਾ ਜਿਹੜਾ ਪ੍ਰੋਜੈਕਟ ਰੁਕ ਗਿਆ ਨਾ ਉਹਦੇ ਵਿੱਚ ਪੰਜਾਬ ਦੀ ਜਿਹੜੀ ਆਰਥਿਕ ਗਰੋਥ ਆ ਉਹ ਵੀ ਰੁਕ ਜਾਊਗੀ ਫਿਰ ਕੋਈ ਇੰਡਸਟਰੀਲਿਸਟ ਨਾ ਉਹ ਪੰਜਾਬ ਵੱਲ ਮੂੰਹ ਨਹੀਂ ਕਰੇਗਾ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੂੰ سنجیدਗੀ ਦਿਖਾਉਣੀ ਚਾਹੀਦੀ ਹੈ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਨਾ ਦੋ ਤਿੰਨ ਅਹਿਮ ਭੱਖ ਦੇ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ